ਉਹ ਆਪਣੀਆਂ ਵੱਡੀਆਂ ਭੈਣਾਂ ਕੋਲੋਂ ਇਹ ਚੀਜ਼ਾਂ ਸਿੱਖੀਆਂ ਹੁੰਦੀਆਂ ਵੀ ਕਿਹੜੀ ਸਬਜ਼ੀ ਕਿੱਦਾਂ ਬਣਨੀ ਹੈ ਕਿਹੜੀ ਦਾਲ ਕਿੱਦਾਂ ਬਣਨੀ ਹੈ ਚੌਲ ਕਿੱਦਾਂ ਬਣਨੇ ਆ ਜੇ ਪ੍ਰਸ਼ਾਦ ਬਣਾਉਣਾ ਕਿਹੜਾ ਬਣਾਉਣਾ ਤੇ ਕਿੱਦਾਂ ਬਣਾਉਣਾ ਉਹ ਉਹ ਚੀਜ਼ਾਂ ਸਿੱਖੀਆਂ ਨੇ ਸਿੱਖਣ ਦੀ ਸਾਰੀ ਖੇਡ ਵਾ ਇੱਥੇ ਹੁਣ ਗੁਰੂਦੇਵ ਜੀ ਕਹਿੰਦੇ ਨੇ ਸੁਰਤ ਸੋਚ ਕਰ ਭਾਂਡ ਸਾਲ ਆਪਣੀ ਸੁਰਤ ਰੂਪੀ ਭਾਂਡੇ ਵਿੱਚ ਸੱਚੇ ਨਾਮ ਦੀ ਵਸਤੂ ਨੂੰ ਟਕਾਲਾ ਯਾਨੀ ਕਿ ਸੁਰਤ ਮਰਦਬਾਨਵਾ ਤੇ ਸੱਚ ਵਿੱਚ ਪਿਆ ਹੋਇਆ ਭੋਜਨ ਉਹ ਇਹਨੂੰ ਸਾਂਭਣਾ ਹੁਣ ਮਾਰੋ ਸਾਹਾਬਾ ਜੀ ਸੁਰਤ ਹੈਗੀ ਬੰਦੇ ਕੋਲ ਪਾਠ ਕਰ ਰਿਹਾ ਤੇ ਬੰਦੇ ਦਾ ਧਿਆਨ ਕਿਤੇ ਇਹਦੇ ਕੋਲ ਤਾਂ ਭਾਂਡੇ ਹੀ ਐ ਨਹੀਂ ਵਸਤੂ ਕਿੱਥੋਂ ਡਿਕਣੀ ਆ ਇਹਦੇ ਕੋਲ ਤਾਂ ਭਾਂਡੇ ਹੀ ਐ ਨਹੀਂ ਅਜੇ ਇਹ ਤਾਂ ਸੇਮ ਇਦਾਂ ਕਰਦਾ ਵੀ ਲੈ ਕੇ ਬੋਰਾ ਤੇ ਤੁਰਿਆ ਜਾਂਦਾ ਗੈਸ ਕੰਪਨੀ ਵੱਲੋਂ ਉਹ ਰਾਜ ਪੁੱਛਦੇ ਕਿੱਥੇ ਚੱਲਿਆ ਕਹਿੰਦਾ ਮੈਂ ਤਾਂ ਗੈਸ ਲੈਣ ਚੱਲਿਆ ਹੋਂਦਾ ਕਮਲਿਆ ਉਹਦੇ ਹੱਥ ਸਿਲੰਡਰ ਲੈ ਕੇ ਆ ਇਹਦੇ ਕੋਲ ਤਾਂ ਭਾਂਡੇ ਹੀ ਐ ਨਹੀਂ ਕਦੇ ਇਹ ਤਾਂ ਚਖਾ ਮਰੀ ਜਾਂਦਾ ਅਜੇ ਤੱਕ ਇਹਨੂੰ ਪਤਾ ਹੀ ਕੱਖ ਨਹੀਂ ਜੇ ਸੁਰਤ ਹੁੰਦੀ ਤੇ 20 25 ਸਾਲ ਗੁਰਦੁਆਰੇ ਆਉਣ ਵਾਲ ਨੂੰ ਰਾਜ ਖਿਹੜ ਕੇ ਪੁੱਛੋ ਵੀ ਗੁਰਬਾਣੀ ਬਾਰੇ ਕੋਈ ਦੱਸ ਕਹਿੰਦਾ ਪਤਾ ਹੀ ਹੈ ਨਹੀਂ ਕੋ ਕੋਈ ਸੁਰਤ ਸੁਰਤ ਹੈ ਨਹੀਂ ਇਹਦੇ ਕੋਲ ਸੁਰਤ ਕਿਤੇ ਵਿੱਚ ਸਮਾਨ ਹੋਰ ਹੀ ਪਾਈ ਫਿਰਦਾ ਸੁਰਤ ਵਿੱਚ ਭਾਂਡਾ ਉਸ ਭਾਂਡੇ ਵਿੱਚ ਸਮਾਨ ਹੀ ਹੋਰ ਟਿਕਾਈ ਫਿਰਦਾ ਜਿੱਦਣ ਅਸੀਂ ਸੁਰਤ ਕਰਕੇ ਗੁਰੂ ਕੋਲ ਇੱਕ ਸਕਿੰਟ ਵੀ ਬਹਿ ਗਏ ਨਾ ਫਿਰ ਤੇ ਇਦਾਂ ਹੋਣਾ ਕਿਨ ਕਾਏ ਕਿ ਜਸਜੀਪ ਸਾਹਿਬ ਤਾਂ ਕਿ ਮਹਿਮਾ ਗਨੀ ਨਾਵੇ ਫਿਰ ਕਿਣ ਕਿਦਾ ਵੀ ਅਸਰ ਹੋਣਾ ਵਾ ਫਿਰ ਤੇ 10 ਮਿੰਟ 10 ਸਕੰਡ ਬਹਿਣ ਦਾ ਵੀ ਨਾ ਅਗਲੇ ਹਿਸਾਬ ਲਾਉਣਗੇ ਵੀ ਇਹਨੇ ਕੋਈ ਇਹਨੇ ਗੁਰਮਿਲ ਚਾਜ ਅਚਾਰ ਸਿੱਖ ਇਹਨੇ ਗੁਰੂ ਕੋਲੋਂ ਬਹਿ ਕੇ ਨਾ ਚਾਜ ਅਚਾਰ ਸਿੱਖਿਆ ਵਾ ਇਹਨੂੰ ਪਤਾ ਵਾ ਗੁਰੂ ਕੋਲ ਬਹਿਣਾ ਕਿਦਾਂ ਫਿਰ ਇਹ ਵੀ ਮਹਤਵਪੂਰਨ ਨਹੀਂ ਹੋਣਾ ਵੀ ਨੇੜੇ ਆ ਕੇ ਦੂਰ ਵਾ ਕਿਉਂਕਿ ਗੁਰਸਬਾਏ ਵਾ ਨਾ ਪਾਈਏ ਨਾ ਨੇੜੇ ਨਾ ਦੂਰ ਨਾਨਕ ਸਤਗੁਰ ਤਾਂ ਮਿਲਿਆ ਜਾਂ ਮਨ ਰਹੇ ਹਦੂਰ ਇਹ ਵੇਖਿਆ ਜਾਣਾ ਵੀ ਤਾਂ ਮਨ ਕਿੰਨਾ ਕੇ ਨੇੜੇ ਉਨੇ ਇਥੇ ਹਜ਼ੂਰ ਕਹਿੰਦੇ ਨੇ ਹਾਨ ਹਟ ਕਰ ਆਰ ਜਾ ਬੀਤ ਰਹੀ ਉਮਰ ਨੂੰ ਦੁਕਾਨ ਬਣਾ ਲਾ ਸਚ ਨਾਮ ਕਰ ਵਥ ਸੱਚੇ ਨਾਮ ਨੂੰ ਵਿੱਚ ਵਸਤੂ ਬਣਾ ਕੇ ਰਖ ਲਾ ਕਿਉਂਕਿ ਆਪਾਂ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲ ਲੈਣਾ ਸੱਚ ਨੂੰ ਸੰਭਾਲਣਾ ਇਦਾਂ ਹੁਣ ਗੁਰੂ ਅਮਰਦਾਸ ਜੀ ਕਹਿੰਦੇ ਸੱਚ ਨੂੰ ਸੰਭਾਲ ਤੇ ਗੁਰਨਾਨ ਸਿੰਘ ਜੀ ਕਹਿੰਦੇ ਇਦਾਂ ਸੰਭਾਲਣਾ ਇੱਕ ਜੋਤੋਹਾ ਜੁਗਤ ਸਹ ਹੈ ਨਾ ਸਹ ਕਾਇਆ ਫਿਰ ਪਲਟੀ ਹੈ ਜਦੋਂ 10 ਪਾਤਸ਼ਾਹਾਂ ਦੀ ਆਪਾਂ ਗੱਲ ਕਰਦੇ ਆ ਵਿਚਾਰਤਾ ਰਾਇਕਾ ਇਦਾਂ ਹੀ ਦੇ ਵਿਚਾਰਤਾ ਰਾਇਕਾ ਇੱਕ ਗੁਰੂ ਵਿਅਕਤੀ ਨੇ ਇੱਕ ਸਰੀਰ ਨਾਲ ਹੀ ਬਾਣੀ ਉਚਾਰਨ ਕੀਤੀ ਉਹਨਾਂ ਨੇ ਕਿਹਾ ਇਹ ਪਿਆਰਿਆ ਮਨਾ ਸੱਚ ਨੂੰ ਸੰਭਾਲ ਤੇ ਪਹਿਲੇ ਜਾਮੇ ਵਿੱਚ ਆਖਿਆ ਵੀ ਸਮਝ ਸੰਭਾਲਣਾ ਹੈ ਕਿਵੇਂ ਆਤ ਆ ਦਸੀ ਹਣ ਹਟ ਕਰ ਯਾਰ ਜਾ ਸੱਚ ਨਾਮ ਕਰ ਵਥ ਸੱਚੇ ਨਾਮ ਨੂੰ ਵਸਤੂ ਬਣਾ ਲਾ ਬੀਤ ਰਹੀ ਉਮਰ ਨੂੰ ਦੁਕਾਨ ਬਣਾ ਲਾ ਸੁਰਤ ਸੋਚ ਕਰ ਭਾਂਡਸਾਲ ਸੁਰਤ ਨੂੰ ਭਾਂਡਸਾਲ ਬਣਾ ਲਾ ਭਾਂਡਿਆਂ ਦੀ ਕਤਾਰ ਬਣਾ ਲਾ ਮਰਦ ਬਨ ਬਣਾ ਲਾ ਤੇ ਇਸ ਵਿੱਚ ਤੇ ਇਸ ਨੂੰ ਰੱਖ ਵਣਜਾਰਿਆਂ ਸੋਂ ਵਣਜ ਕਰ ਫੇ ਵਣਜਾਰਿਆਂ ਨਾਲ ਵਣਜ ਕਰ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਇਹ ਵਣਜਾਰੇ ਆ ਵਣਜਾਰੇ ਵੀ ਆਪਣੇ ਆਪਣੇ ਹੁੰਦੇ ਨਾ ਤਾਸ਼ ਖੇਡਣ ਵਾਲਿਆਂ ਦੇ ਆਪਣੇ ਵਣਜਾਰੇ ਜੂਆ ਖੇਡਣ ਵਾਲਿਆਂ ਦੇ ਆਪਣੇ ਵਣਜਾਰੇ ਨਸ਼ਾ ਪੀਣ ਵਾਲਿਆਂ ਦੇ ਉਹ ਸ਼ਾਮ ਨੂੰ ਲਵਦੇ ਆ ਨਾ ਅਗਲਾ ਘਰ ਬੈਠਾ ਹੁੰਦਾ ਆਪਣੀ ਮਾਂ ਦੇ ਕੋਲ ਉਹਨੂੰ ਫੂਂਕੇ ਸੱਦ ਲੈਣਗੇ ਆ ਜਾ ਬਾਹਰ ਪੈੜੀਆਂ 'ਚ ਆ ਜਾ ਅੱਜ ਤੈਨੂੰ ਮੈਂ ਪਿਉਣਾ ਕੱਲ ਤੂੰ ਪਿਆਈ ਸੱਦ ਲਿੰਦੇ ਅਗਲੇ ਘਰ ਰਿਸ਼ਤੇਦਾਰ ਹੁੰਦੇ ਆ ਤਾਂ ਵੀ ਸੱਦ ਲਿੰਦੇ ਅਗਲੇ ਨੂੰ ਤਾਸ਼ ਖੇਡਣ ਵਾਲੇ ਸੱਦ ਲਿੰਦੇ ਵਣਜਾਰੇ ਆਪਣੇ ਆਪਣੇ ਆ ਨਾ ਤੇ ਸੰਗਤ ਵਾਲੇ ਦੇ ਆਪਣੇ ਵਣਜਾਰੇ ਕਈਆਂ ਨੇ ਫੋਨ ਕਰਕੇ ਸੱਦਿਆਣਾ ਵੀ ਆ ਜਾ ਯਾਰ ਗੁਰਮਤ ਦੀ ਗੱਲ ਹੋਣੀ ਹੈ ਕਿਉਂ ਸਾਹ ਸੰਗਤ ਜੀ ਇਹ ਕਿ ਤੁਰਦੇ ਕੋ ਤੁਰਦਾ ਮਿਲਿਆ ਉੜਤੇ ਕੋੜਤਾ ਜੀਵਤੇ ਕੋ ਜੀਵਤਾ ਮਿਲੈ ਮੂਹੇ ਕੋ ਮੂਆ ਇਹ ਤੇ ਜਿੱਦਾਂ ਦਾ ਬੰਦਾ ਆਪ ਹੁੰਦਾ ਉਦਾਂ ਦੇ ਬੰਦੇ ਲੱਭ ਲਿੰਦਾ ਕਿਉਂ ਸਾਹ ਸੰਗਤ ਜੀ ਲੱਭ ਲਿੰਦਾ ਨਾ ਤੁਸੀਂ ਨਸ਼ਾ ਨਹੀਂ ਕਰਦੇ ਤੁਹਾਨੂੰ ਪਤਾ ਵੀ ਨਹੀਂ ਹੈਗਾ ਤੁਹਾਡੇ ਪਿੰਡ 'ਚ ਨਸ਼ਾ ਹੈਗਾ ਪਰ ਤੁਹਾਡੇ ਪਿੰਡ ਕੋ ਰਿਸ਼ਤੇਦਾਰ ਆਇਆ ਹੋਵੇ ਤੁਹਾਨੂੰ ਮਿਲਣਾ ਨਸ਼ੇ ਤੋਂ ਬਿਨਾਂ ਰਹਿੰਦਾ ਨਾ ਹੋਵੇ ਉਹ ਤੁਹਾਡੇ ਪਿੰਡ 'ਚੋਂ ਲੱਭ ਲਿੰਦਾ ਆਪਾਂ ਕਹਿੰਦੇ ਤੈਨੂੰ ਕਿੱਥੋਂ ਮਿਲਿਆ ਹੰਦਾ ਤੁਹਾਡੀ ਗਲੀ 'ਚ ਦੋ ਦੋ ਬੰਦੇ ਵੇਚਦੇ ਬੋਲੋ ਉਹਨਾਂ ਤੁਹਾਡੀ ਗਲੀ 'ਚ ਤੁਹਿਆਂ ਨੇ ਯਾਰ ਸਾਨੂੰ ਤੇ ਪਤਾ ਹੀ ਨਹੀਂ ਕਿਉਂਕਿ ਤੁਹਾਨੂੰ ਤਾਂ ਨਹੀਂ ਪਤਾ ਕਿਉਂਕਿ ਤੁਸੀਂ ਤੁਸੀਂ ਗਾਹ ਕੇ ਨਹੀਂ ਉਹ ਸੌਦੇ ਤੇ ਧੜ ਨਾਲ ਅਗਲਾ ਸ਼ੇਅਰ ਵੀ ਕਿੱਦਾਂ ਕਰੂ ਉਹ ਤੇ ਤੌਰ ਤੋਂ ਪਛਾਣ ਲੈਂਦੇ ਵੀ ਆਹ ਬੰਦਾ ਆਪਣਾ ਹੀ ਆ ਆ ਦੁਕਾਨ ਆਪਣੀ ਆ ਇਹ ਤੁਰਦੀ ਫਿਰਦੀ ਦੁਕਾਨ ਆਪਣੀ ਆ ਵੇਚਣ ਵਾਲੇ ਦੁਕਾਨ ਪਛਾਣ ਲੈਂਦੇ ਆ ਵੀ ਇਹ ਦੁਕਾਨ ਵਾ ਇਹ ਤੁਰਦੀ ਫਿਰਦੀ ਦੁਕਾਨ ਆ ਉਹਦੀ ਤੌਰ ਤੋਂ ਹਿਸਾਬ ਲਾ ਲੈਂਦੇ ਵੀ ਇੱਕ ੱਡੀ ਇਹਦੀ ਐ ਨੂੰ ਜਾਂਦੀ ਇੱਕ ੱਡੀ ਦੀ ਐ ਨੂੰ ਜਾਂਦੀ ਆ ਉਹਦੇ ਕੱਪੜਿਆਂ ਦੇ ਸਟਾਈਲ ਤੋਂ ਉਹਦੀ ਬੋਲਬਾਣੀ ਤੋਂ ਜੇ ਤੁਰਦੇ ਕੋ ਤੁਰਦਾ ਮਿਲੇ ਉੜਤੇ ਕੋ ਉੜਤਾ ਜੀਵਤੇ ਕੋ ਜੀਵਤਾ ਮਿਲੇ ਮੂਏ ਕੋ ਮੂਆ ਮਰੀਆਂ ਚ ਮੀਰਾਂ ਵਾਲੇ ਮਰੀਆਂ ਚ ਮੀਰਾਂ ਵਾਲੇ ਲੱਭ ਲੈਂਦੇ ਆ ਜਾਗਦਿਆਂ ਜਮੀਰਾਂ ਵਾਲੇ ਜਾਗਦਿਆਂ ਜਮੀਰਾਂ ਵਾਲੇ ਲੱਭ ਲੈਂਦੇ ਤੇ ਸਮਾਜ ਆ ਨਾ ਦੁਨੀਆ ਨਾ ਭਾਈ ਜਿੱਦਾਂ ਦੇ ਬੰਦੇ ਹੁੰਦੇ ਉਦਾਂ ਦੇ ਲੱਭ ਲੈਂਦੇ ਆ ਹੁਣ ਤੁਸੀਂ ਕਿਸੇ ਪਖੰਡੀ ਨੂੰ ਨਹੀਂ ਮੰਨਦੇ ਤੁਹਾਡੇ ਵਾਸਤੇ ਪਖੰਡੀ ਆਈ ਨਹੀਂ ਪਰ ਤੁਹਾਡਾ ਕੋ ਰਿਸ਼ਤੇਦਾਰ 200 ਕਿਲੋਮੀਟਰ ਤੋਂ ਦੂਰ ਆਉਂਦਾ ਤੁਹਾਡੇ ਇਲਾਕੇ ਚ ਤੁਹਾਡੇ ਕੋ ਰਾਤ ਵੀ ਰਹਿੰਦਾ ਤੁਸੀਂ ਪੁੱਛਦੇ ਇੱਥੇ ਕੀ ਲੈਣ ਆਇਆ ਤੂੰ ਹੀ ਸੋਚਦੇ ਮਿਲਣਾ ਆ ਹੁੰਦਾ ਨਹੀਂ ਇਸੇ ਤੁਹਾਡੇ ਲਾਗੇ ਇੱਕ ਬਾਬਾ ਪੱਥਰੀ ਕੱਢਦਾ ਹੱਥ ਫੇਰ ਕੇ ਹੁੰਦੇ ਸੀ ਤੇ ਆਪਣੇ ਪਾਪਾ ਦਾ ਆਪਰੇਸ਼ਨ ਕਰਾਇਆ ਪੱਥਰੀ ਆਪਰੇਸ਼ਨ ਕਰਾਈ ਇਹ ਹੱਥ ਫੇਰਨ ਵਾਲਾ ਕਿਹੜਾ ਬਾਬਾ ਹੋਇਆ ਵੀ ਲੱਭ ਲੈਣਾ ਅਗਲੇ ਨੇ ਤੁਹਾਡੇ ਪਿੰਡ ਤੋਂ ਦੂਜਾ ਪਿੰਡ ਸੀ ਉਹਦਾ ਬਾਬੇ ਦਾ ਪੱਥਰੀ ਵਾਲੇ ਦਾ ਤੁਹਾਨੂੰ ਨਹੀਂ ਦੱਸਿਆ ਅਗਲੇ ਨੂੰ 200 ਕਿਲੋਮੀਟਰ ਦੂਹੇ ਦੱਸ ਪਿਆ ਕਿਉਂ ਕਿਉਂਕਿ ਉਹ ਗਾਹਕ ਸੀ ਨਾ ਉਹਦਾ ਉਹ ਉਦਾਂ ਦੀ ਸੋਚ ਵਾਲਾ ਬੰਦਾ ਸੀ ਬਸ ਗੱਲ ਹੀ ਸੀ ਅਣ ਕਿ ਨਿਬੜਦੀ ਹੁਣ ਤੁਸੀਂ ਕਿੱਥੋਂ ਕੀ ਕਰਨਾ ਇਹ ਮਰਜ਼ੀ ਸਾਡੀ ਆਪਣੀ ਹੈ ਵਣ ਜਾ ਰਹਿਆਂ ਸਿਓ ਵਣਜ ਕਾ ਵਣਜਾਰਿਆਂ ਨਾਲ ਵਣਜ ਕਰ ਲੈ ਲਾਹਾ ਮਾਨਸ ਜਦਨ ਦੁਕਾਨਦਾਰ 4 ਪੈਸੇ ਜਿਆਦੇ ਵਟਦਾ ਨਾ ਜਦਨ ਉਹਨੂੰ 4 ਪੈਸੇ ਨਫਾ ਵਧ ਹੁੰਦਾ ਹੈ ਸ਼ਾਮਾ ਨੂੰ ਦੁਕਾਨਦਾਰ ਫਿਰ ਜਦੋਂ ਘਰ ਨੂੰ ਆਉਂਦਾ ਨਾ ਉਹ ਇਹ ਨਹੀਂ ਪੁੱਛਦਾ ਸੇਬ ਕਿੰਨੇ ਰੁਪਏ ਕਿਲੋ ਅੰਗੂਰ ਕਿੰਨੇ ਰੁਪਏ ਕਿਲੋ ਉਹ ਕੀ ਵੀ ਫਰੂਟ ਦਾ ਡੱਬਾ ਚੱਕ ਲੈਂਦਾ ਵੀ 4 ਪੈਸੇ ਵਧ ਵਟੇ ਆ ਉਹਦਾ ਹਾਸਾ ਦੱਸਦਾ ਵੀ ਅੱਜ ਨੂੰ ਇਨਕਮ ਥੋੜੀ ਜੀ ਅੱਜ ਤੋਂ ਇੱਕ ਦੋ ਵਿਆਹਾਂ ਵਾਲੇ ਸੌਦਾ ਲੈ ਗਏ ਦੇ ਕੋਲ ਇੱਕ ਦੋ ਭੋਗਾਂ ਵਾਲੇ ਲੈ ਗਏ ਇਹਦਾ ਇਹਦਾ 4 ਪੈਸੇ ਨੂੰ ਬਚ ਗਏ ਆ ਕੱਪੜੇ ਵਾਲਾ ਖੁਸ਼ ਅਜ ਵੀ ਦੋ ਤਿੰਨ ਵਿਆਹਾਂ ਵਾਲੇ ਅੱਜ ਕੋਈ ਕੱਪੜਾ ਬਣਾ ਕੇ ਲੈ ਗਏ ਅੱਜ ਖੁਸ਼ ਆ ਬੰਦਾ ਲੈ ਲਾ ਹਾ ਮਾਨਾ ਹੱਸ ਦੁਕਾਨਦਾਰ ਦਾ ਨਕਸ਼ਾ ਖਿੱਚਿਆ ਨਾ ਮਹਾਰਾ ਇਹਨੇ ਕਹਿੰਦੇ ਜਿਵੇਂ ਦੁਕਾਨਦਾਰ ਨੂੰ ਜਦੋਂ 4 ਪੈਸੇ ਮਿਲਦੇ ਆ ਕਮਾਉਂਦਾ ਵਾ ਔਰ ਵੇਖਿਆ ਕਿੰਨਾ ਖੁਸ਼ ਹੁੰਦਾ ਵਾ ਇਦਾਂ ਹੀ ਜਦੋਂ ਬੰਦਾ ਸੱਚ ਦੇ ਨਾਲ ਜੁੜਦਾ ਨਾ ਦੁਕਾਨਦਾਰ ਤੇ ਉਹਦਣ ਖੁਸ਼ ਹੋਊਗਾ ਜਦੋਂ 4 ਪੈਸੇ ਕਮਾਉਣੇ ਆ ਇਹਨੇ ਸਦਾ ਹੀ ਖੁਸ਼ ਰਹਿਣਾ ਸਜਾਈ ਲਾਹਾ ਮਨਹਾਸ ਅੱਜ ਮੰਦਾ ਆ ਸਕ ਗੁਵਾਜ ਗਿਆ ਕਿਉਂਕਿ ਲਾਹਾ ਹੀ ਨਹੀਂ ਲਿਆਏ ਨੇ ਇਹਨੂੰ ਲਾਭ ਦਾ ਪਤਾ ਹੀ ਨਹੀਂ ਲਾਭ ਮਿਲਣਾ ਕਿੱਥੋਂ ਪ੍ਰਾਣੀ ਤੂੰ ਆਇਆ ਲਾਹਾ ਲੈਣ ਪ੍ਰਾਣੀ ਤੂੰ ਆਇਆ ਤੇ ਲਾਹਾ ਲੈਣ ਸੀ ਲੱਗਾ ਕਿ ਤੱਕ ਫਕੜੇ ਸਭ ਮੁਕਦੀ ਚੱਲੀ ਤੇਰੀ ਜ਼ਿੰਦਗੀ ਦੀ ਰਾਤ ਮੁਕਦੀ ਜਾਂਦੀ ਹੈ ਤੇਰੀ ਜ਼ਿੰਦਗੀ ਦਾ ਸਮਾਂ ਬੀਤਦਾ ਜਾਂਦਾ ਵਾ ਲੰਘਦਾ ਜਾਂਦਾ ਵਾ ਅਬ ਪੁੱਛੇ ਕਿਆ ਕਹਾ ਹੁਣ ਤੈਨੂੰ ਪੁੱਛਿਆ ਵੀ ਜਗਹ ਦਾ ਜਵਾਬ ਕੀ ਦੇਵੇਂਗਾ ਆਬ ਪੁੱਛੇ ਕਿਆ ਕਹਾ ਲੈਨੋ ਨਾਮ ਅੰਮ੍ਰਿਤ ਰਸਨੀ ਕੋ ਲੈਣ ਤੇ ਤੂੰ ਅੰਮ੍ਰਿਤ ਰਸ ਆਇਆ ਸੀ ਚੰਗਾ ਬਾਵਰ ਬਖਸ਼ਿਓਂ ਗੈਰਾ ਤੂੰ ਜੈਰੀ ਇਕੱਠੀ ਕਰਦਾ ਰਿਹਾ ਸਾਰੀ ਜ਼ਿੰਦਗੀ ਲੈਣ ਕੁਝ ਹੋਰ ਆਇਆ ਸੀ ਇਕੱਠਾ ਕੁਝ ਹੋਰ ਕਰਦਾ ਰਿਹਾ ਬਾਵਰ ਬਖਸ਼ਿਓਂ ਕਹਿ ਰਹਾ ਤੂੰ ਸੱਚ ਦਾ ਸੌਦਾ ਇਕੱਠਾ ਕਰਨ ਦੀ ਬਜਾਏ ਝੂਠ ਦੇ ਸੌਦਾ ਇਕੱਠਾ ਕਰਦਾ ਰਿਹਾ ਸਾਰੀ ਜ਼ਿੰਦਗੀ ਤੂੰ ਇਸ ਕਰਕੇ ਵਣਜਾਰਿਆਂ ਸਿਓ ਵਣਜ ਕਰ ਵਣਜਾਰਿਆਂ ਨਾਲ ਵਣਜ ਕਰ ਲੈ ਲਾਹਾ ਮਨ ਹੱਸ ਇਸਕ ਕੇ ਭਗਤ ਰਵਦਾਸ ਜੀ ਨੇ ਆਖਿਆ ਸੀ ਨਾ ਕੋ ਵਣਜਾਰੋ RAM ਕੋ ਕੋ ਹੈਗਾ ਵਣਜਾਰਾ RAM ਦਾ ਪੁੱਛਿਆ ਉਹ ਕਿਉਂ ਕਹਿੰਦੇ ਮੇਰਾ ਟਾਂਡਾ ਲਾਦਿਆ ਜਾਇ ਰੇ ਪੁੱਛਿਆ ਇਸ ਕਰਕੇ ਕਹਿੰਦੇ ਕਿਤੇ ਮੇਰਾ ਵੀ ਟਾਂਡਾ ਲੱਦਿਆ ਜਾ ਸਕੇ ਟਾਂਡਾ ਕੀ ਆ ਜਿਵੇਂ ਤੁਸੀਂ ਖੇਤਾਂ 'ਚੋਂ ਪੱਠੇ ਲੈਣ ਜਾਂਦੇ ਆਪਾਂ ਤੇ ਬਲਦ ਜੋਏ ਦੇ ਆਪਾਂ ਅੱਗੇ ਗੱਡੇ ਦੇ ਹੁਣ ਉਹ ਗੱਡੇ ਨੂੰ ਖੇਤਾਂ 'ਚ ਬਲਦ ਲੈ ਕੇ ਜਾਂਦਾ ਇਹ ਜਿਹੜਾ ਸਾਡਾ ਮਨ ਵਾ ਇਹ ਬਲਦ ਵਾ ਸਰੀਰ ਢਾਂਡਾ ਵਾ ਹੁਣ ਗੁਰਦੁਆਰੇ ਸਾਨੂੰ ਲੈ ਕੇ ਕੌਣ ਆਇਆ ਸਾਡਾ ਮਨ ਰੂਪੀ ਬੈਲ ਲੈ ਕੇ ਆਇਆ ਜੇ ਸਰੀਰ ਕਹਿੰਦਾ ਗੁਰਦੁਆਰੇ ਜਾਣਾ ਤੇ ਬਲਦ ਕਹਿੰਦਾ ਮੈਂ ਨਾ ਲੈ ਕੇ ਜਾਊਂਗਾ ਸਰੀਰ ਆਪਣੇ ਆਪੇ ਤੰਗ ਗੁਰਦੁਆਰੇ ਚਲ ਜੂ ਬਈ ਇਹ ਬਲਦ ਤਿਆਰ ਹੋਇਆ ਤੇ ਤਾਂ ਹੀ ਸਰੀਰ ਗੁਰਦੁਆਰੇ ਆਇਆ ਇੱਥੇ ਹੁਣ ਭਗਤ ਰਵਦਾਸ ਜੀ ਨੇ ਬਹੁਤ ਪਿਆਰਾ ਨਕਸ਼ਾ ਖਿੱਚਿਆ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਹੁੰਦੇ ਸੀ ਨਾ ਵਪਾਰੀ ਲੋਕ ਗੱਡਿਆਂ ਤੇ ਮਾਲ ਲੱਦ ਕੇ ਲੈ ਕੇ ਜਾਂਦੇ ਸੀ ਹੁਣ ਅੱਜ ਦੇ ਸਮੇਂ 'ਚ ਆਪ ਸਮਝ ਜਿਵੇਂ ਮੰਨ ਲਓ ਇੱਕ ਟਰਾਂਸਪੋਰਟ ਤੋਂ ਗੱਡੀਆਂ ਲੋਡ ਹੋਈਆਂ ਉਹਨਾਂ ਨੇ 1500 ਹਜ਼ਾਰ ਕਿਲੋਮੀਟਰ ਦੂਰ ਜਾ ਕੇ ਮਾਲ ਲਾਉਣਾ ਉਹਨਾਂ ਵਿੱਚੋਂ ਇੱਕ ਟਰੱਕ ਵਾਲੇ ਦੇ ਟਾਇਰ ਥੋੜੇ ਜਿਹਾ ਮਾੜੇ ਆ ਇੰਜਨ 'ਚ ਪ੍ਰੋਬਲਮ ਥੋੜੀ ਜੀ ਉਹਨੇ ਨਾਲ ਦਿਆਂ ਨੂੰ ਆਖਿਆ ਮੈਨੂੰ ਨਾਲ ਨਾਲ ਲੜਾਈ ਜਾਇਓ ਆਪਾਂ ਇਕੱਠੇ ਚੱਲਣਾ ਵਾ ਰਸਤੇ 'ਚ ਮੁਸ਼ਕਲ ਆਈ ਤੁਸੀਂ ਮੇਰੀ ਹੈਲਪ ਕਰ ਦਿਓ ਵੀ ਮੈਨੂੰ ਨਾਲ ਲਾਈ ਜਾਓ ਜੇ ਮਦਦ ਕਰਦੀ ਲੋਡ ਪੇ ਤੁਸੀਂ ਮੇਰੀ ਮਦਦ ਕਰ ਦਿਓ ਇਥੇ ਭਗਤ ਅਰਦਾਸ ਜੀ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਪੁੱਛਦੇ ਕਿਉਂ ਵੀ ਕੋਈ ਵਣਜਾਰਾ ਆਮਦਾ ਹੈਗਾ ਕਹਿੰਦੇ ਇਸ ਕਰਕੇ ਮੈਂ ਪੁੱਛਦਾ ਵਾਂ ਕਿ ਮੇਰਾ ਬੈਲ ਬੜਾ ਮਾੜਾ ਵਾ ਜਿਵੇਂ ਗੱਡੀ ਦੇ ਟਾਇਰ ਮਾੜੇ ਹੋਣ ਇੰਜਣ ਮਾੜਾ ਹੋਵੇ ਤੇ ਬੰਦਾ ਦੂਜੇ ਕੋਲ ਹੈਲਪ ਮੰਗਦਾ ਚੰਗੀ ਗੱਡੀ ਵਾਲਾ ਤਾਂ ਦੂਜੇ ਵਾਲ ਵੇਦਾ ਵੀ ਨਹੀਂ ਕੋਈ ਅਗਲਾ ਸਲ ਮਾਰਦਾ ਵੀ ਮੇਰੇ ਤੇ ਸਪੀਡ ਜ਼ਿਆਦਾ ਮੈਂ ਇਹਨਾਂ ਦੇ ਨਾਲ ਜਾਊਗਾ ਹੌਲੀ ਜਾਣਾ ਪੈਣਾ ਮਾੜਾ ਹੀ ਬੰਦਾ ਤਰਲੇ ਮਾਰਦਾ ਨਾ ਵੀ ਮੈਨੂੰ ਨਾ ਅੰਨਰ ਲਈ ਜਾਓ ਭਰਾ ਰਾਜ ਮੁਸ਼ਕਲ ਆਈ ਮੈਂ ਤੁਹਾਡੇ ਕੋਲੋਂ ਮਦਦ ਮੰਗ ਲਉਂ ਇਥੇ ਹੁਣ ਭਗਤ ਅਰਦਾਸ ਜੀ ਕਹਿੰਦੇ ਮੈਂ ਇਸ ਕਰਕੇ ਪੁੱਛ ਰਿਹਾ ਵੀ ਬੈਲ ਬੜਾ ਕਮਜ਼ੋਰ ਵਾ ਮਨ ਬਲਦ ਕਮਜ਼ੋਰ ਵਾ ਜਿਹੜਾ ਮੈਂ maal ਲੱਦਿਆ ਟਿਕਾਣੇ ਪਹੁੰਚੇ ਅੱਛਾ ਰਸਤੇ 'ਚ ਮੁਸ਼ਕਲਾਂ ਵੀ ਹੈਗੀਆਂ ਕਿਉਂਕਿ ਘਟ ਆਵ ਘਟ ਡੂੰਗਰ ਕਣਾ ਘਟ ਦਾ ਰਸਤਾ ਵਾ ਵੇਖੋ ਘੱਗਾ ਤੇ ਟੈਂਕਾ ਇਹ ਸ਼ਬਦ ਇਹ ਹਿਰਦੇ ਵਾਸਤੇ ਵੀ ਬਾਣੀ 'ਚ ਵਰਤੇ ਆ ਘਟ ਤੇ ਗੁਰਬਾਣੀ ਵਿੱਚ ਇਹ ਰਸ ਇਹ ਰਸਤੇ ਵਾਸਤੇ ਵੀ ਵਰਤੇ ਆ ਸਭੇ ਘਟ RAM ਬੋਲੇ ਰਾਮਾ ਬੋਲੇ RAM ਬਿਨਾ ਕੋ ਬੋਲ ਰਹਾ ਉਥੇ ਇਸ ਘਟ ਦਾ ਅਰਥ ਹਿਰਦਾ ਵਾ ਤੇ ਘਟ ਆਵ ਘਟ ਡੂੰਗਰ ਕਣਾ ਉਥੇ ਇਸ ਘਟ ਦਾ ਅਰਥ ਰਸਤਾ ਵਾ ਪ੍ਰਕਰਨ ਮੁਤਾਬਕ ਉਹਦੇ ਅਰਥ ਬਦਲ ਗਏ ਜਿਹੜੇ ਸੰਪਰਦਾਇ ਢੇਰੇਦਾਰ ਕਈ ਵਾਰੀ ਕਹਿ ਦਿੰਦੇ ਨੇ ਵੀ ਬਾਣੀ ਚ ਕੋਈ ਵਿਆਕਰਨ ਕੰਮ ਨਹੀਂ ਕਰਦਾ ਬਾਣੀ ਵਿੱਚ ਲੱਗੀ ਹੋਈ ਸਿਆਰੀ ਗੁਰਬਾਣੀ ਵਿੱਚ ਲੱਗੀ ਹੋਈ ਬਿਹਾਰੀ ਲਾਂ ਦੁਲਾਂ ਇਹਨਾਂ ਦੇ ਵੀ ਕੋਈ ਅਰਥ ਵਾ ਆਪਣੇ ਆਪ ਚ ਇਦਾਂ ਨਹੀਂ ਗੁਰੂ ਸਾਹਿਬ ਜੀ ਨੇ ਕਿਤੇ ਵੀ ਸਿਹਾਰੀ ਲਾਤੀ ਕਿਤੇ ਬਿਹਾਰੀ ਲਾਤੀ ਕਿਤੇ ਔਂਕੜ ਲਾਤਾ ਤੇ ਕਿਤੇ ਔਂਕੜ ਛੱਡ ਦਤਾ ਨਾ ਇਦਾਂ ਨਹੀਂ ਹੈਗਾ ਇਹਦੇ ਵਾਸਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਹੜੇ ਬਾਣੀ ਦੀ ਸਮਝ ਰੱਖ ਕੇ ਪਾਠ ਕਰਨ ਵਾਲੇ ਆ ਉਹ ਜਰੂਰ ਸਮਾਂ ਕੱਢਿਆ ਕਰੋ ਵਕਤ ਕੱਢਿਆ ਕਰੋ ਬਾਣੀ ਨੂੰ ਸਮਝਣ ਦਾ ਸਮਝ ਲੱਗੂ ਵੀ ਗੁਰੂ ਸਾਹਿਬ ਨੇ ਕਿੰਨਾ ਸੌਖਾ ਰਾਹ ਸਾਡੇ ਵਾਸਤੇ ਕੀਤਾ ਸਾਰੀ ਜ਼ਿੰਦਗੀ ਇਨਸਾਨ ਦੀ ਲੰਘ ਜਾਂਦੀ ਹੈ ਘਰ ਬਣਾਉਂਦੇ ਆ ਤੇ ਪੁੱਛੋ ਕਾਦੇ ਲਈ ਬਣਾਇਆ ਕਹਿੰਦਾ ਐ ਆਰਾਮ ਨਾ ਬਹੂੰਗਾ ਮੈਂ ਸ਼ਾਂਤੀ ਨਾ ਬਹੂੰਗਾ ਮਨ ਜਾ ਸਕੂਨ ਜਾ ਹੋਊਗਾ ਇਦਾਂ ਬੱਚੇ ਆਪੋ ਆਪਣੇ ਕੰਮਾਂ ਤੇ ਜਾਣਗੇ ਮੇਰੇ ਮਾਨੁਸ਼ ਤੇ ਪੁੱਛ ਕੇ ਵੇਖੋ ਉਹਨੂੰ ਹੁਣ ਸਾਰਾ ਕੁਝ ਸੈੱਟ ਵਾ ਬੱਚੇ ਵੀ ਵਿਆਹੇ ਗਏ ਆ ਪੋਤਰੇ ਵੀ ਸੁਖ ਨਾਲ ਵਿਆਉਣ ਵਾਲੇ ਹੋ ਗਏ ਆ ਕੀ ਮਨ ਸ਼ਾਂਤ ਹੈਗਾ ਵਾ ਕਿਉਂ ਨਹੀਂ ਹੈਗਾ ਉਹਦੇ ਪਿੱਛੇ ਵਜ੍ਹਾ ਲੱਭੋ ਨਾ ਕਿਉਂਕਿ ਸਾਰਿਆਂ ਦੀ ਕਰ ਲਿਆ ਆਪਣੇ ਮਨ ਲਈ ਕੀਤੇ ਕੁਝ ਨਹੀਂ ਸਾਰਿਆਂ ਦੀ ਭਜਨਸ ਕਰ ਲਈ ਆਪਣੇ ਆਪ ਤੇ ਕੀਤੇ ਕੁਝ ਨਹੀਂ ਇੱਥੇ ਤਾਂ ਤੂੰ ਖਾਲੀ ਦਾ ਖਾਲੀ ਰਹਿ ਗਿਆ ਤੂੰ ਤਾਂ ਖੇਜ ਰਿਹਾ ਵਾ ਤੂੰ 15 ਮਿੰਟ 10 ਮਿੰਟ ਸਮਾਂ ਆਪਣੇ ਆਪ ਲਈ ਕੱਢ ਆਪਣੀ ਸਟੱਡੀ ਕਰ ਵੀ ਮੈਂ ਕੀ ਆ ਗੁਰੂ ਸਾਹਿਬ ਮੇਰੇ ਬਾਰੇ ਕੀ ਆਂਦੇ ਆ ਮੈਨੂੰ ਗੁਰੂ ਅਮਰਦਾਸ ਜੀ ਕੀ ਆਂਦੇ ਆ ਇਸ ਸਰੀਰਾ ਮੇਰੇ ਇਸ ਜਗ ਮੇ ਆਏ ਕਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੇ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨਨ ਵਸਾਇਆ ਤੋ ਗੁਰੂ ਪਰਸ਼ਾ ਜੀ ਇਥੇ ਸਮਝਾ ਰਹੇ ਸਾਨੂੰ ਵੀ ਪਿਆਰਿਆਂ ਮਨਾ ਸੱਚ ਨੂੰ ਸੰਭਾਲ ਤੇ ਕਿਦਾਂ ਸੰਭਾਲਣਾ ਭਗਤ ਰਵਦਾਸ ਜੀ ਉਹਦਾ ਨਕਸ਼ਾ ਖਿੱਚ ਰਿਹਾ ਕਹਿੰਦੇ ਘਟ ਆਵ ਘਟ ਡੂੰਗਰ ਕਣਾ ਘਟ ਰਸਤਾ ਆਵ ਘਟ ਔਖਾ ਰਸਤਾ ਡੂੰਗਰ ਕਹਿੰਦੇ ਪਹਾੜੀ ਰਸਤੇ ਨੂੰ ਇੱਕ ਨਿਰਗੁਣ ਬੈਲ ਹਮਾਰ ਇੱਕ ਬਲਦ ਹੈਗਾ ਉਹ ਉੱਚ ਗੁਣ ਕੋਈ ਨਹੀਂ ਹੈਗਾ ਇੱਕ ਨਿਰਗੁਣ ਬੈਲ ਹਮਾਰ ਕੀ ਅੱਜ ਮੰਨਣ ਨੂੰ ਤਿਆਰ ਹੈਗਾ ਕੋਈ ਬੰਦਾ ਕਿ ਮੇਰਾ ਮਨ ਰੂਪੀ ਬਲਦ ਬੜਾ ਕਮਜ਼ੋਰ ਆ ਇਹ ਕੋਈ ਵੀ ਨਹੀਂ ਮੰਨਣ ਨੂੰ ਤਿਆਰ ਕਿਸੇ ਨੂੰ ਕਹਿ ਕੇ ਵੇਖੋ ਤੇਰਾ ਮਨ ਬੜਾ ਕਮਜੋਰ ਆ ਉਹ ਕਹਿੰਦਾ ਮੇਰਾ ਕਿਦਾਂ ਮਨ ਕਮਜੋਰ ਆ ਮੇਰਾ ਤੇ ਮਨ ਤਕੜੇ ਬੜਾ ਭਾਵੇਂ ਪਰਸੋਂ ਖੰਡੇ ਦੀ ਪੌਲ ਲਈ ਹੋਵੇ ਤੇ ਚੌਥੇ ਪੰਜਵੇਂ ਦਿਨ ਕਿਸੇ ਰਿਸ਼ਤੇਦਾਰ ਦੇ ਵਿਆਹ ਚੱਲ ਜਵੇ ਤੇ ਗਲਾਸੀ ਵੇਖ ਕੇ ਤੇ ਮਨ ਡੋਲ ਜਾਂਦਾ ਅਜੇ ਵੀ ਆਂਦਾ ਮਨ ਤਕੜਾ ਬੜਾ ਹੀ ਮੇਰਾ ਦੋ ਦਿਨ ਪੂਰੇ ਕੱਢੇ ਦੋ ਦਿਨ ਨਹੀਂ ਡੋਲਣ ਦਿੱਤਾ ਆਪਣਾ ਮਨ ਤਕੜਾ ਪੂਰਾ ਹੀ ਮਨ ਮੇਰਾ ਮਨ ਬੜਾ ਤਕੜਾਈ 48 ਘੰਟੇ ਅਖੰਡ ਪਾਠ ਹੋਇਆ ਘਰ ਚ ਮੂੰਹ ਨਹੀਂ ਕੀਤਾ ਮੈਂ ਬੋਤਲ ਵਾਲਾ ਭੋਗ ਪੈਣ ਦੀ ਧੀਰ ਸੀ ਮੁੜ ਕੇ ਫਿਰਿਆ ਨਹੀਂ ਗਿਆ ਮੇਰੇ ਕੋਲ ਮਨ ਨੂੰ ਫੇਰ ਨਹੀਂ ਤਿਹਾਰ ਵੀ ਮਾਨ ਮੇਰਾ ਕਮਜ਼ੋਰ ਹੋ ਭਗਤ ਰਦਾਜ ਜੀ ਕਹਿੰਦੇ ਸਵੀਕਾਰ ਤੇ ਕਰੋ ਵੀ ਮੇਰਾ ਮਨ ਕਮਜ਼ੋਰ ਵਾ ਕਹਿੰਦੇ ਘਟ ਆਵ ਘਟ ਡੂੰਗਰ ਕਣਾ ਘਟ ਰਸਤਾ ਆਵ ਘਟ ਔਖਾ ਰਸਤਾ ਡੂੰਗਰ ਕਹਿੰਦੇ ਪਹਾੜੀ ਰਸਤੇ ਨੇ ਇਕ ਨਿਰਗੁਣ ਬੈਲੋ ਹਮਾਰ ਇਕ ਬਲਦਾ ਮੇਰੇ ਕੋਲ ਜਿਸ ਗੁਣ ਕੋਈ ਨਹੀਂ ਬਲਦ ਪਾਉਣੇ ਮਨ ਰਮਈਏ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖਮਾਰ ਮੇਰੀ ਰਮੇ ਹੋਏ ਪ੍ਰਮਾਤਮਾ ਅਗੇ ਬੇਨਤੀ ਆ ਕਿ ਮੇਰੀ ਪੂੰਜੀ ਨੂੰ ਬਚਾ ਲਓ ਮੈਨੂੰ ਉਹਨਾਂ ਵਣਜਾਰਿਆਂ ਦੇ ਨਾਲ ਮਿਲਾ ਦਿਓ ਜਿਹੜੇ ਵਣਜਾਰਿਆਂ ਦੇ ਨਾਲ ਮਿਲ ਕੇ ਮੇਰਾ ਵੀ ਟਾਂਡਾ ਟਿਕਾਣੇ ਪਹੁੰਚ ਜਾ ਕੋਬਣਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ਤਾਂ ਕਿ ਮੇਰਾ ਵੀ ਟਾਂਡਾ ਲਦਿਆ ਜਾ ਸਕੇ ਹਾਂ ਬਨਜਾਰੋ ਰਾਮ ਕੋ ਸਹਿਜ ਕਰੂੰ ਵਪਾਰ ਮੈਂ ਤੇ ਬਨਜਾਰਾ ਰਾਮ ਦਾ ਮੈਂ ਤੇ ਸਹਿਜ ਦਾ ਵਪਾਰ ਕੀਤਾ ਹਾਂ ਬਨਜਾਰੋ ਰਾਮ ਕੋ ਸਹਿਜ ਕਰੂੰ ਵਪਾਰ ਮੈਂ ਰਾਮ ਨਾਮ ਧਨ ਲਾਦਿਆ ਵਿਖਲਾ ਦੀ ਸੰਸਾਰ ਮੈਂ ਤੇ ਰਾਮ ਦੇ ਨਾਮ ਦਾ ਧਨ ਲਦਿਆ ਸੰਸਾਰ ਦੇ ਲੋਕਾਂ ਨੇ ਵੇਖੀ ਲੱਦੀ ਐ ਯਾਰ ਹੀ ਲੱਦੀ ਐ ਇਹਦੇ ਤੇ ਯਾਰ ਹੀ ਲੱਦੀ ਔਰ ਵਾਰ ਪਰ ਕੇ ਦਾਨੀਆਂ ਲਿਖ ਲੈ ਹੋ ਆਲ ਪਤਾਲੋ ਦਾਨੀਆਂ ਸਮਝ ਦਿਓ ਚਤਰਗੁਪਤ ਉਹ ਬਿਪਰਵੜਾ ਤੇਜ ਹੋ ਕਹਿੰਦਾ ਬੰਦੇ ਦੇ ਮੋਢੇ ਤੇ ਚਤਰਗੁਪਤ ਬੈਠੇ ਆ ਇੱਕ ਤੇ ਚਤਰ ਬਿਠਾ ਕਿਤੇ ਕੀ ਬਿਠਾ ਜੀ ਉਹ ਬੰਦੇ ਦਾ ਸਾਰਾ ਹਿਸਾਬ ਕਤਾਵ ਲਿਖੀ ਜਾਂਦੇ ਆ ਜੋ ਬੰਦਾ ਚੰਗੇ ਕੰਮ ਕਰਦਾ ਉਹ ਵੀ ਲਿਖੀ ਜਾਂਦੇ ਜੋ ਮਾੜੇ ਕਰਦਾ ਬੋਲੋ ਜੀ ਉਹ ਵੀ ਲਿਖੀ ਜਾਂਦੇ ਆ ਫਿਰ ਉਹਨਾਂ ਸਾਰਾ ਵਹੀ ਖਾਤਾ ਜਾ ਕੇ ਤੇ ਧਰਮਰਾਜ ਦੇ ਅੱਗੇ ਰੱਖ ਦੇਣਾ ਇਹਦਾ ਵੀ ਆ ਬੰਦੇ ਨੇ 90 ਸਾਲ ਉਮਰ ਗੁਜ਼ਾਰੀਆ ਆ ਇਹਦਾ ਵਹੀ ਖਾਤਾ ਵਾ ਤੇ ਉਹ ਵਹੀ ਖਾਤੇ ਦੇ ਹਿਸਾਬ ਨਾਲ ਫਿਰ ਇਹਨੂੰ ਨਰਕ ਸਵਰਗ ਮਿਲਣਾ ਇਹ ਇਹ ਬੇਪਰ ਦਾ ਨਕਸ਼ਾ ਖਿੱਚਿਆ ਆ ਭਗਤ ਰਵਦਾਸ ਜੀ ਕਹਿੰਦੇ ਪਹਿਲੀ ਗੱਲ ਤੇ ਦਾਨੀਓ ਮੈਂ ਤੁਹਾਨੂੰ ਮੰਨਦਾ ਨਹੀਂ ਹੈਗਾ ਤੁਸੀਂ ਹੈਗੇ ਜੀ ਤੇ ਜੇ ਤੁਸੀਂ ਸੱਚੇ ਹੈਗੇ ਵੀ ਹਾਂ ਮੈਨੂੰ ਤੁਹਾਡੀ ਪ੍ਰਵਾਹ ਕੋਈ ਨਹੀਂ ਹੈ ਜੀ ਉਹ ਪੁੱਛੋ ਕਿਉਂ ਕਹਿੰਦੇ ਮੈਂ ਕੋ ਪੁੱਠਾ ਕੰਮ ਕੀਤੇ ਨਹੀਂ ਹੈਗਾ ਤੇ ਮੈਨੂੰ ਡਰ ਵੀ ਕਹਦਾ ਕਿਉਂ ਸਾਹਸ ਸਿੰਘ ਜੀ ਉੱਥੇ ਨਾਕਾ ਲੱਗਾ ਹੋਵੇ ਤੁਸੀਂ ਗੱਡੀ ਤੇ ਜਾਂਦੇ ਹੋ ਤੁਹਾਨੂੰ ਕੋ ਰਾਜ ਬੰਦਾ ਕਵੇ ਉੱਥੇ ਨਾਕਾ ਲੱਗਾ ਤੂੰ ਹੀ ਕੋ ਫੇਕ ਹੀ ਨਾਕਾ ਲੱਗਾ ਤੇ ਮੇਰੇ ਕੋਲ ਕਿਹੜਾ ਗਲਤ ਸਮਾਨ ਆ ਪੇਪਰ ਮੇਰੇ ਕੋਲ ਪੂਰੇ ਆ ਜੇ ਕੋਈ ਚੈੱਕ ਅਪ ਕਰਨਗੇ ਮੈਂ ਗੱਡੀ 'ਚ ਉਤਰ ਕੇ ਬਾਹਰ ਹੋ ਜਾਣਾ ਤੂੰ ਗੱਡੀ ਚੈੱਕ ਕਰ ਲਓ ਡਰ ਕੇ ਨੂੰ ਉਪਰ ਜਿਹਦੇ ਕੋਲ ਸਮਾਨ ਗਲਤ ਹੋਣਾ ਇਸ ਕਰਕੇ ਮੋਹੇ ਜਾਮ ਡੰਡ ਨਾ ਲਾ ਗਈ ਮੈਨੂੰ ਜਮ ਦਾ ਡੰਡਾ ਪਹਿਣਾ ਨਹੀਂ ਤਜੀਲੇ ਸਰਬ ਜੰਜਾਲ ਮੈਂ ਜੰਜਾਲ त्यागਿਆ ਸਾਰਾ ਮੈਂ ਕੋਈ ਪੁੱਠਾ ਕੰਮ ਕੀਤਾ ਨਹੀਂ ਮੈਨੂੰ ਡਰ ਕਾ ਤਾਂ ਡਰ ਉਹਨੂੰ ਆ ਜਿਹਨੇ ਕੋਈ ਗਲਤ ਕੰਮ ਕੀਤਾ ਹੁਣ ਮੰਨ ਲਓ ਇੱਥੇ ਭਗਤ ਰਵਦਾਸ ਜੀ ਕਹਿੰਦੇ ਵੀ ਜਿਹੜੇ ਚਿਤੁਰ ਗੁਬਤ ਤੁਹਾਡੇ ਮੋਢਿਆਂ ਤੇ ਬਿਠੇ ਆ ਮੰਨ ਲਓ ਬੰਦਾ ਸਿਰੇ ਉੱਠਿਆ ਚਿਤੁਰ ਗੁਬਤ ਬੰਦੇ ਦਾ ਲਿਖਦੇ ਹਣ ਕੇ ਹਿਸਾਬ ਕਿਤਾਬ ਵੀ ਬੰਦਾ ਸਿਰੇ ਉੱਠਿਆ ਵਾ ਇਸ਼ਨਾਨ ਪਾਣੀ ਕੀਤਾ ਵਾ ਜੇ ਸਿੱਖ ਵਾ ਤੇ ਉਹ ਗੁਰਦੁਆਰੇ ਗਿਆ ਜੇ Hindu ਵਾ ਤੇ ਉਹ ਮੰਦਿਰ ਜਾਂਦਾ ਹੋਏਗਾ ਹਰ ਮਜਬਨ ਆਪੋ ਆਪਣਾ ਧਾਰਮਿਕ ਸਥਾਨ ਤੇ ਜਾਂਦਾ ਸਵੇਰੇ ਉਹ ਲਿਖਦੇ ਹੋਣਗੇ ਬੰਦਾ ਬੜਾ ਨੇਕ ਆ ਸਵੇਰੇ ਟਾਈਮ ਨਾਲ ਉੱਠਿਆ ਇਹਨੇ ਪਾਠ ਕੀਤਾ ਰੱਬ ਜੀ ਤੁਹਾਨੂੰ ਯਾਦ ਕੀਤਾ ਜੇ ਉਹਦਾ ਆਪਣਾ ਡੇਰੀ ਫਾਰਮ ਹੋਊਗਾ ਜੋ ਵੀ ਕੰਮ ਕਰਦਾ ਹੋਗਾ ਜਾਂ ਖੇਤੀ ਕਰਦਾ ਹੋਊਗਾ ਜਦੋਂ ਜਾ ਕੇ ਉੱਥੇ ਦੁੱਧ ਨਗਲੀ ਬਣਾਉਂਦਾ ਹੋਊਗਾ ਉਹ ਫੇਰ ਲਿਖਦੇ ਹੋਣਗੇ ਵੀ ਨਹੀਂ ਸਵੇਰੇ ਰੂਪੇ ਦਾ ਹੋਰ ਸੀ ਹੁਣ ਰੂਪੇ ਦਾ ਹੋਰ ਵਾ ਜਿਹੜਾ ਸਵੇਰੇ ਲਿਖਿਆ ਉਹ ਪਾੜਦੇ ਹੋਣਗੇ ਚਲੋ ਜਿਹੜੇ ਆਮ ਬੰਦਿਆਂ ਦੇ ਮੋਢਿਆਂ ਤੇ ਬੈਠੇ ਚਤੁਰਗੁਬਤ ਉਹ ਤੇ ਫੇਰ ਵੀ 2-4 ਘੰਟੇ ਕੱਢ ਰਹੇ ਜਿਹੜੇ ਲੀਡਰਾਂ ਦੇ ਮੋਢਿਆਂ ਤੇ ਬੈਠੇ ਹੋਣਗੇ ਬੋਲੋ ਸਾ ਸੰਗਤ ਜੀ ਉਹ ਤੇ ਹੋਦਾ ਚਤਰਗੁਪਤ ਰੱਬ ਨੂੰ ਕਹਿੰਦੇ ਰੱਬ ਜੀ ਕਿ ਇਹ ਚੰਗੇ ਬੰਦੇ ਦੇ ਨਾਲ ਸਾਨੂੰ ਲਾਓ ਇਹਨਾਂ ਨਾਲ ਰਹਿ ਕੇ ਤੇ ਅਸੀਂ ਆ ਆ ਪਜਲ ਹੋ ਗਏ ਆ ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਲਿਖੀਏ ਕੀ ਤੇ ਪਾੜੀਏ ਕੀ ਇਹ ਤਾਂ 2-4 ਮਿੰਟ ਵੀ ਆਪਣੇ ਕਈ ਹੋਈ ਗੱਲ ਦੇ ਉੱਤੇ ਟਿਕਦੇ ਨਹੀਂ ਅਸੀਂ ਕਰੀਏ ਕੀ ਹੁਣ ਇੱਥੇ ਗੱਲ ਸਮਝਾਈ ਕੀ ਆ ਕਹਿੰਦੇ ਪਹਿਲੀ ਗੱਲ ਤੇ ਮੈਂ ਤੁਹਾਨੂੰ ਮੰਨਦਾਂ ਜੇ ਤੁਸੀਂ ਹੈਗੇ ਜੇ ਤੇ ਲਿਖੀ ਜਾਓ ਜੋ ਤੁਹਾਨੂੰ ਸਮਝ ਆਉਂਦੀ ਹੈ ਕਿਉਂਕਿ ਮੈਂ ਰਾਮ ਨਾਮ ਧਨ ਲਾਦਿਆ ਬਖ ਲਾਦੀ ਸੰਸਾਰ ਔਰ ਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ ਲਿਖ ਲਓ ਜੋ ਤੁਹਾਨੂੰ ਸਮਝ ਆਉਂਦੀ ਆ ਅੱਛਾ ਜਦੋਂ ਜਮਾਂ ਦੀ ਗੱਲ ਆਉਂਦੀ ਆ ਤੇ ਜਮ ਇਥੇ ਕਿਹੜੇ ਆ ਮੋਹੇ ਜਮ ਡਾਂਡ ਨਾ ਲਾ ਗਈ ਤਜੀਲੇ ਸਰਬ ਜੰਜਾਲ ਪਤਾ ਬਾਣੀ ਜਮ ਕੇ ਇਹਨੂੰ ਆਖਿਆ ਜਿਹੜੇ ਜਿਉਂਦੇ ਜੀ ਸਾਨੂੰ ਮਾਰਦੇ ਆ ਕਿਹੜੇ ਅਵਰ ਪੰਜ ਹਮ ਇੱਕ ਜਨਾ ਉਹ ਪੰਜ ਮੈਂ ਇਕੱਲਾ ਕਿਉਂ ਰੱਖੋ ਘਰਬਾਰ ਮਨਾ ਕਿਵੇਂ ਬਚਾਵਾਂ ਘਰਬਾਰ ਇਹਨਾਂ ਕੋਲੋਂ ਕਿਉਂਕਿ ਮਾਰਦੇ ਲੁੱਟੈ ਨੀਤ ਨੀਤ ਇਹ ਮਾਰਦੇ ਵੀ ਆ ਤੇ ਲੁੱਟਦੇ ਵੀ ਆ ਤੇ ਨਿਤਨੇਤੀ ਲੁੱਟਦੇ ਆ ਨੇਤੀ ਮਾਰਦੇ ਆ ਨੇਤੀ ਲੁੱਟਦੇ ਆ ਕਿਸੇ ਆਗੇ ਕਰੀ ਪੁਕਾਰ ਜਨ ਅਗੇ ਸੁਣਿਓ ਸ੍ਰੀ ਦਾਮ ਨਾਮ ਉਚਰ ਮਨਾ ਅਗੇ ਜਮਦਲ ਉੱਤੇ ਪੰਜ ਕਹਿਤਾ ਥੱਲੇ ਜਮਾਂ ਦਾ ਦਾਲ ਕਹਿਤਾ ਜਾਨਕਿ ਪੰਜ ਹੀ ਜਮਾਂ ਦਾ ਦਾਲ ਵਾ ਅੱਛਾ ਮਾਰਦੇ ਕਿਦਾਂ ਭਲਾ ਇਹ ਕੁੜਦੇ ਕਿਵੇਂ ਆ ਹੁਣ ਸੁਣਿਓ ਧਿਆਨ ਨਾਲ ਕਿਦਾਂ ਕੁੜਦੇ ਆ ਇੱਕ ਬੰਦਾ ਦੁਕਾਨ ਤੇ ਸਮਾਨ ਲੈਣ ਗਿਆ ਦੁਕਾਨਦਾਰ ਕੋਲ ਉਹਨੇ ਸਮਾਨ ਲਿਆ ਜਿੰਨਾ ਸਮਾਨ ਲਿਆ ਦੁਕਾਨਦਾਰ ਨੇ ਲਿਸਟ ਵੇਖੀ ਉਹਦਾ ਰੇਟ ਲਾਇਆ ਸਮਾਨ ਲੈਣ ਵਾਲੇ ਨੇ ਉਹਦੇ ਪੈਸੇ ਦਿੱਤੇ ਦੁਕਾਨਦਾਰ ਨੇ ਨਾਲੇ ਉਹਦਾ ਸਮਾਨ ਚੁੱਕ ਕੇ ਗੱਡੀ 'ਚ ਰਖਾਇਆ ਆਪਣਾ ਬੰਦਾ ਭੇਜਿਆ ਸਟਾਫ ਦਾ ਵੀ ਜਾ ਜਾ ਕੇ ਗੱਡੀ ਚ ਰੱਖ ਕੇ ਆ ਤੇ ਨਾਲੇ ਜਾਣ ਲੱਗੇ ਆ ਉਹਦਾ ਧੰਨਵਾਦ ਕੀਤਾ ਵੀ ਤੁਸੀਂ ਸਾਡੀ ਦੁਕਾਨ ਤੇ ਗਾਹਕ ਬਣ ਕੇ ਆਏ ਤੁਸੀਂ ਸਾਨੂੰ 4 ਪੈਸੇ ਵਿਟਾਏ ਤੁਹਾਨੂੰ ਸਮਾਨ ਮਿਲ ਗਿਆ ਸਾਡਾ ਵੀ ਇਹਦੇ ਨਾਲ ਰੋਜੀ ਰੋਟੀ ਦਾ ਵਸੀਲਾ ਵਾ ਕਿਉਂਕਿ ਅਸੀਂ ਤੁਹਾਨੂੰ ਕੁਝ ਦਿੱਤਾ ਵਾ ਇਹਦੇ ਵਿੱਚੋਂ ਸਾਨੂੰ ਵੀ 2 ਪੈਸੇ ਬਚਣੇ ਆ ਅਸੀਂ ਵੀ ਆਪਣਾ ਪਰਿਵਾਰ ਪਾਲਣਾ ਦੁਕਾਨਦਾਰ ਨੇ ਗਾਹਕ ਦਾ ਕੀ ਕੀਤਾ ਧੰਨਵਾਦ ਕੀਤਾ ਵੀ ਧੰਨਵਾਦ ਤੁਸੀਂ ਸਾਡੀ ਦੁਕਾਨ ਤੇ ਆਏ ਗਾਹਕ ਬਣ ਕੇ ਆਏ ਇਹਦੇ ਨਾਲ ਤੁਹਾਨੂੰ ਤਾਂ ਸਮਾਨ ਮਿਲਿਆ ਮਿਲਿਆ ਸਾਡਾ ਫਾਇਦਾ ਹੋਇਆ ਹੁਣ ਸੁਣੇ ਨੂੰ ਧਿਆਨ ਨਾਲ ਦੁਕਾਨਦਾਰ ਦੀ ਦੁਕਾਨ ਤੇ ਕੋਈ ਚਲਾ ਗਿਆ ਅੱਖ بچਾ ਕੇ ਉਹਨੇ ਚੋਰੀ ਕਰ ਲਈ ਉਹਨਾਂ ਦੇ ਕੈਮਰੇ ਲੱਗੇ ਸੀ ਰਿਕਾਰਡਿੰਗ ਹੋ ਗਈ ਉਹਨਾਂ ਵੇਖ ਲਿਆ ਵੀ ਐਸ ਬੰਦੇ ਨੇ ਸਾਡੀ ਦੁਕਾਨ ਤੋਂ ਆਣ ਕੇ ਇਹ ਚੋਰੀ ਕੀਤੀ ਹੈ ਸਟੋਰੀ ਵੀ ਜਿਆਦਾ ਸਮਾਨ ਕਰ ਲਿਆ ਕੁਝ ਵਿੱਚੋਂ ਚੋਰੀ ਕਰ ਲਿਆ ਕੁਝ ਲੁਕੋਈ ਗਿਆ ਆਪਣੇ ਕੋ ਕੁਝ ਥੈਲੇ ਚ ਪਾਈ ਗਿਆ ਜਦੋਂ ਦੁਕਾਨ ਚੋਂ ਨਿਕਲਣ ਲੱਗਾ ਉਹਨਾਂ ਤਲਾਸ਼ੀ ਕੀਤੀ ਸਮਾਨ ਨਿਕਲ ਆਇਆ ਹੁਣੇ ਚੋਰੀ ਕੀਤੀ ਕਿਹਦੇ ਵਾਸੋ ਕੇ ਲਾਲਚ ਵਾਸੋ ਕੇ ਲਾਲਚ ਜਾਮਵਾ ਹੁਣ ਇਸ ਜਮ ਨੇ ਕੁੱਟ ਵੇਖੂ ਕਿਦਾਂ ਪਾਉਣੀ ਆ ਨਾਲ ਹੀ ਉਹਨਾਂ ਕਾ ਪੁਲਿਸ ਨੂੰ ਕਾਲ ਕਰੋ ਪੁਲਿਸ ਦੇ ਆਉਣ ਤੋਂ ਪਹਿਲਾਂ ਪਹਿਲਾਂ ਅਗਲੇ ਨੇ ਥੋੜੀ ਪੁੱਤੀ ਆਪਣੀ ਵੀ ਸੇਵਾ ਕਰ ਲਈ ਵੀ ਹੱਥ ਥੋੜੇ ਜਿਹਾ ਆਪਾਂ ਵੀ ਖੋਲ ਲੀਏ ਆਉਂਦੇ ਨੂੰ ਨਾ ਬੰਨਿਆ ਉਹਨੂੰ ਜਿੰਨੀਆਂ ਕ ਵਜੀਆਂ ਉਹਨਾਂ ਮਾਰੀਆਂ ਆਪਣੇ ਕੋਲੋਂ ਪੁਲਿਸ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੁਣ ਉਹ ਬੰਦਾ ਕਹੇ ਜੀ ਮੈਨੂੰ ਇਹਨਾਂ ਕੁੱਟਿਆ ਵਾ ਉਹਨਾਂ ਨੇ ਕੁੱਟਿਆ ਤੈਨੂੰ ਜਮ ਦੀ ਮਾਰ ਪਈ ਆ ਇਹ ਜਮ ਨੂੰ ਕਹਿੰਦੇ ਲਾਲਚ ਰੂਪੀ ਜਾਮਾ ਬੋਲੋ ਸਾਰੀ ਜੀ ਇਹਨੂੰ ਕੀ ਆਂਦੇ ਆ ਹੁਣ ਇੱਕ ਭਰੀ ਸਭਾ ਦੇ ਵਿੱਚ ਇੱਕ ਲੜਕੀ ਦੇ ਬਾਪ ਨੇ ਪੱਲਾ ਫੜਾਇਆ ਆਪਣੀ ਬੇਟੀ ਦਾ ਆਪਣੇ ਵਰ ਚੁਣ ਕੇ ਵੀ ਆ ਅਸੀਂ ਜੋਗ ਵਰ ਚੁਣਿਆ ਵਾ ਜਦੋਂ ਤਾਬਿਆ ਬੈਠਾ ਭਾਈ ਸਾਹਿਬ ਕਹਿੰਦੇ ਜੀ ਹੁਣ ਲੜਕੀ ਦਾ ਪਿਤਾ ਲੜਕੀ ਦਾ ਪਿਤਾ ਤੁਸੀਂ ਵੇਖਿਆ ਜਦੋਂ ਲਾਵਾਂ ਆਪਾਂ ਕਰਦੇ ਆ ਜਿਹੜੀ ਅਰੰਭਤਾ ਦੀ ਅਰਦਾਸ ਹੁੰਦੀ ਉਹਦੇ 'ਚ ਲੜਕੀ ਤੇ ਲੜਕੇ ਦੇ ਮਾਤਾ ਪਿਤਾ ਨੂੰ ਕਿਉਂ ਖੜਾ ਕੀਤਾ ਜਾਂਦਾ ਓਸ ਅਰਦਾਸ 'ਚ ਸਾਰੀ ਸੰਗਤ ਖੜੀ ਕਿਉਂ ਨਹੀਂ ਹੁੰਦੀ ਭਲਾ ਉਹਦੇ ਪਿੱਛੇ ਇੱਕ ਕਾਰਨ ਬਹੁਤ ਵੱਡਾ ਹੈ ਤੁਸੀਂ ਅਕਾਲ ਤਖਤੋਂ ਲੋ ਪ੍ਰਵਾਨ ਸਿੱਖ ਰਿਆ ਤਾਂ ਮੇਰੇ ਨਾਲ ਪੜ੍ਹ ਕੇ ਵੇਖੋ ਉਹਦਾ ਸਭ ਤੋਂ ਵੱਡਾ ਕਾਰਨ ਆ ਵੀ ਆਪਾਂ ਜਿਹੜੋ ਬਰਾਤ ਲੈ ਕੇ ਕਿਸੇ ਪਿੰਡ ਜਾਂਦੇ ਆ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਹੁਣ ਰਿਸ਼ਤੇਦਾਰਾਂ ਨੂੰ ਤਾਂ ਪਤਾ ਹੁੰਦਾ ਵੀ ਲੜਕੀ ਦੀ ਮਾਂ ਤੇ ਲੜਕੀ ਦਾ ਪਿਤਾ ਕੌਣ ਹੈ ਪਰ ਬਰਾਤੀਆਂ ਸਾਰਿਆਂ ਨੂੰ ਥੋੜਾ ਪਤਾ ਹੁੰਦਾ ਹੁਣ ਅੱਗੇ ਉਹ ਜਿਹੜੇ ਲੜਕੀ ਵਾਲੇ ਆ ਉਹਨਾਂ ਨੂੰ ਇਹ ਨਹੀਂ ਪਤਾ ਸਿਰਫ ਥੋੜਿਆਂ ਨੂੰ ਪਤਾ ਕਿ ਲੜਕੇ ਦਾ ਮਾਤਾ ਪਿਤਾ ਕੌਣ ਹੈ ਪਰ ਬਾਕੀ ਪਿੰਡ ਦੇ ਲੋਕਾਂ ਨੂੰ ਥੋੜਾ ਪਤਾ ਹੈ ਉਹ ਇੱਕ ਪੰਚਾਇਤ ਵਾ ਪੰਚਾਇਤ ਵਿੱਚ ਗਰੰਥੀ ਸਿੰਘ ਕਹਿੰਦਾ ਹੁਣ ਵੀ ਸਾਹ ਸੰਗਤ ਜੀ ਲੜਕੀ ਤੇ ਲੜਕੇ ਦੇ ਮਾਤਾ ਪਿਤਾ ਸੰਗਤ ਵਿੱਚ ਖੜੇ ਹੋਣ ਤਾਂ ਕਿ ਸਾਰਿਆਂ ਦੀ ਗਵਾਹੀ ਪੈ ਜਾਏ ਕਿ ਇਹਨਾਂ ਦੀ ਮੌਜੂਦਗੀ ਵਿੱਚ ਇਸ ਧੀ ਦਾ ਇਸ ਲੜਕੇ ਦੇ ਨਾਲ ਅਨੰਦ ਕਾਰਜ ਹੋਇਆ ਹੈ। ਇਹ ਗਵਾਹੀ ਆ ਪੰਚਾਇਤ ਦੀ। ਉਹ ਜਿਹੜੀ ਅਸੀਂ ਮਿਸਟੇਕ ਕਰਦੇ ਹਾਂ ਕਈ ਵਾਰ ਆਪਾਂ ਕਹਿੰਦੇ ਸਾਰੀ ਸੰਗਤ ਕਈ ਬੰਦੇ ਕਹਿਣਗੇ ਅਰਦਾਸ ਸਾਰੇ ਬੰਦੇ ਖੜੇ ਹੋਣੇ ਚਾਹੀਦੇ ਜਿਨ੍ਹਾਂ ਨੂੰ ਕੱਖ ਨਹੀਂ ਗੁਰਮਤ ਦਾ ਪਤਾ ਇਹ ਅਸਲ ਦੇ ਵਿੱਚ ਸਿੱਖ ਰਹਿਤ ਮਰਾਦਾ ਬਣਾਉਣ ਵਕਤ ਇਹ ਮਾਦ ਦੇ ਵਿੱਚ ਪਾਈ ਗਈ ਸੀ। ਕਿ ਭਰੀ ਸਵਾਂ ਦੇ ਵਿੱਚ ਆਪਣਾ ਤੁਸੀਂ ਕਦੀ ਨੋਟ ਕੀਤਾ ਹੋਵੇਗਾ ਜਦੋਂ ਆਪਾਂ ਕਿਤੇ ਬਰਾਤੇ ਜਾਂਦੇ ਆ ਜਦੋਂ ਗਰੰਤੀ ਸਿੰਘ ਕਹਿੰਦਾ ਕਿ ਲੜਕੀ ਤੇ ਲੜਕੇ ਦੇ ਮਾਤਾ ਪਿਤਾ ਖੜੇ ਹੋਣ ਆਪਣਾ ਇੱਕਦਮ ਧਿਆਨ ਲੜਕੀ ਦੇ ਮਾਤਾ ਪਿਤਾ ਵੱਲ ਜਾਂਦਾ ਅੱਛਾ ਫਿਰ ਇਹ ਆ ਲੜਕੇ ਦਾ ਲੜਕੀ ਦਾ ਪਿਤਾ ਅੱਛਾ ਇਹ ਲੜਕੀ ਦੀ ਮਾਂ ਵਾ ਆਪਣੇ ਉਹ ਪੂਰੀ ਦਿਮਾਗ 'ਚ ਪਿਕਚਰ ਆ ਜਾਂਦੀ ਵੀ ਉਹ ਫਿਰ ਜਦੋਂ ਤਾਬਿਆਂ ਬੈਠਾ ਗਰੰਤੀ ਸਿੰਘ ਕਹਿੰਦਾ ਵੀ ਹੁਣ ਲੜਕੀ ਦਾ ਲੜਕੇ ਦਾ ਪੱਲਾ ਲੜਕੀ ਨੂੰ ਲੜਕੀ ਦਾ ਪਿਤਾ ਫੜਾਏਗਾ ਜੋਗਵਾਰ ਜਾਣ ਕੇ ਵੀ ਹੁਣ ਇਹ ਅਸੀਂ ਜੋਗਵਾਰ ਚੁਣਿਆ ਸ਼ਹਿਰ ਗਿਆ ਪਿਤਾ ਰਸਤੇ 'ਚ ਉਹਨਾਂ ਨੂੰ ਆਪਣਾ ਧੀ ਜਵਾਈ ਮਿਲ ਪਿਆ ਉਹਨੂੰ ਚਾਹ ਪਾਣੀ ਪਿਉਂਦੇ ਹੋ ਵੀ ਸਾਡਾ ਧੀ ਜਵਾਈ ਹੈ ਵੀ ਇੱਜ਼ਤ ਕਰਦੇ ਆ ਰਿਸਪੈਕਟ ਕਰਦੇ ਆ ਕੋਈ ਸਮਾਜ ਦੇ ਵਿੱਚ ਚੁਣਿਆ ਨਾ ਹੁਣ ਆਪਾਂ ਗੱਗਰਸਤੀ ਬੈਠੇ ਆ ਏਦਾਂ ਕਿਸ ਦੀ ਧੀ ਪੈਣ ਕਿਸੇ ਬਗਾਨੇ ਦੇ ਨਾਲ ਬਾਜ਼ਾਰ 'ਚ ਕਿਤੇ ਮਿਲ ਪਵੇ ਕੀ ਹੁੰਦਾ ਜੀ ਫਿਰ ਬੋਲ ਕੇ ਦੱਸਿਓ ਜੇ ਤੁਸੀਂ ਚੁਣਿਆ ਨਹੀਂ ਤੁਸੀਂ ਹੁਣ ਕਾਮਰੂਪੀ ਜਮਨ ਨੇ ਛੱਤਰ ਪਵਾਤੇ ਇਹ ਆ ਜਮਨ ਜਿਹੜੇ ਜਮਾਂ ਦੀ ਮਾਰ ਜਿਉਂਦਿਆਂ ਬੰਦਾ ਖਾਰਿਆ ਵਾ ਜਿਉਂਦਿਆਂ ਅਸੀਂ ਸਾਰੀ ਜ਼ਿੰਦਗੀ ਬੰਦਾ ਪੁੱਠੇ ਕੰਮ ਕਰਦਾ ਮਰ ਜਾਂਦਾ ਵਾ ਕਦੀ ਲਾਲਚ ਰੂਪੀ ਜਮਤੋਂ ਛਤਰਖਾਨ ਦਾ ਕਦੀ ਕਾਮ ਵਾਸ਼ਨਾ ਦੇ ਜਮਤੋਂ ਛਤਰਖਾਨ ਦਾ ਕਦੀ ਕਰੋਧ ਰੂਪੀ ਜਮਤੋਂ ਕਦੀ ਮੋਹ ਹੰਕਾਰ ਰੂਪੀ ਜਮਤੋਂ ਤੇ ਮਗਰੋਂ ਜਦੋਂ ਸਾਰੇ ਪੁੱਠੇ ਕੰਮ ਕਰਕੇ ਮਰ ਜਾਂਦਾ ਨਾ ਉਦੋਂ ਕਹਣਗੇ ਮਹਾਰਾਜ ਇਹਨੂੰ ਟੇਡੀਆਂ ਮੇਡੀਆਂ ਵਿੰਗੀਆਂ ਤੜੰਗੀਆਂ ਉੱਚੀਆਂ ਲੰਮੀਆਂ ਚੌੜੀਆਂ ਸਿੱਧੀਆਂ ਜੂਨਾਂ ਤੋਂ ਬਚਾਓ ਤੁਸੀਂ ਸੱਚੀ ਮਾਰ ਐ ਕਿਉਂ ਬੋਲ ਕੇ ਕਹਿਣਾ ਵੀ ਇਹਨੂੰ ਜੂਨ ਛੱਡੀ ਕਿਹੜੀ ਆ ਬੋਲੋ ਬੋਲੋ ਜੀ ਇਹ ਜੂਨ ਸਾਰਿਆਂ ਦੇ ਭੋਗ ਲਿਆ ਨੇ ਸਾਰਿਆਂ ਜੂਨਾ ਭੋਗ ਕੇ ਤੇ ਚੜ੍ਹਾਈ ਕੀਤਾ ਹੈ ਅਰਦਾਸ ਮੈਂ ਆਪਣੀ ਕਰਨੀ ਜੁੰਦੇ ਜੀ ਕਿ ਹੇ ਸੱਚਾ ਪਾਤਸ਼ਾਹ ਮੈਨੂੰ ਇਹਨਾਂ ਜਮਾਂ ਦੀ ਮਾਰ ਤੋਂ ਬਚਾਓ ਤੇ ਇਹ ਗੱਲ ਸੱਚੀ ਆ ਜੇ ਮੈਂ ਜੁੰਦੇ ਜੀ ਬਚ ਗਿਆ ਨਾ ਮੇਰੇ ਮਗਰੋਂ ਕੋ ਮਗਰੋਂ ਪਾਠ ਨਾ ਵੀ ਕਰੇ ਨਾ ਇਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਚੜ੍ਹਾਈ ਕਰਨ ਵਾਲੇ ਤੋਂ ਬਾਅਦ ਜਿਹੜਾ ਪਾਠ ਕੀਤਾ ਜਾਂਦਾ ਨਾ ਉਹ ਪਰਿਵਾਰ ਲਈ ਹੁੰਦਾ ਦੇ ਪਰਿਵਾਰ ਵਾਲਿਓ ਤਿਆਰੀ ਕਰ ਲਓ ਜੇ ਮੈਂ ਨਹੀਂ ਰਿਹਾ ਤੇ ਰਹਿਣਾ ਤੁਸੀਂ ਵੀ ਨਹੀਂ ਐ ਨਹੀਂ ਪਤਾ ਕਰਦੇ ਆ ਸਾਰੀ ਜ਼ਿੰਦਗੀ ਬੰਦਾ ਬਾਣੀ ਪੜਦਾ ਨਹੀਂ ਜਿਹੜਾ ਚੜ੍ਹਾਈ ਕਰਨ ਵਾਲੇ ਤੋਂ ਮਗਰੋਂ ਪਾਠ ਕਰਾਉਨੇ ਆ ਨਾ ਉਹਦਾ ਫਲ ਵੀ ਉਹਨੂੰ ਪਚਾਰੇ ਹੋਣੇ ਮਗਰੋਂ ਵੀ ਮਹਾਰਾਜ ਇਹ ਬਾਣੀ ਦਾ ਫਲ ਵਿਛੜੀ ਆਤਮਾ ਨੂੰ ਪਚਾਓ ਵੀ ਆ ਜਿਹੜੇ 4-5 ਦਿਨ ਸੇਵਾ ਕਰਦੇ ਇਹਨਾਂ ਨੂੰ ਕੱਖ ਨਾ ਮਿਲੇ ਇਹ ਦਾਣ ਪ੍ਰਸ਼ਾਦਾ ਛੱਕੇ ਆਪਣੇ ਘਰਾਂ ਨੂੰ ਚੱਲ ਜਾਣ ਵੀ ਜਿਹੜਾ ਚੜ੍ਹਾਈ ਕਰ ਗਿਆ ਹੁਣ ਉਹਨੂੰ ਫਲ ਕਿੱਦਾਂ ਮਿਲਣਾ ਹੈ ਉਹ ਫਲ ਮੈਂ ਲੈਣਾ ਵਾ ਵੀ ਮੈਂ ਸੁਧਰਨਾ ਵਾ ਉਹ ਤਾਂ ਚਲਾ ਗਿਆ ਵਾ ਪਰ ਸਾਡੇ ਲੋਕ ਹੱਡੀਆਂ ਨੂੰ ਵੀ ਪਾੜ ਸੁਣਾਈ ਜਾਂਦੇ ਇੱਥੇ ਤੁਸੀਂ ਵੇਖੋ ਕਈ ਬੰਦੇ ਅੰਗੀਠਾ ਜਰੋ ਉਹ ਫੁੱਲ ਚੁੱਕਦੇ ਆ ਨਾ ਉਹਨੂੰ ਕਹਣਗੇ ਜੀ ਹੁਣੇ ਪਾਪਾ ਜੀ ਦੇ ਫੁੱਲ ਨਹੀਂ ਤਾਰ ਕੇ ਤੁਸੀਂ ਬਾਣੀ ਸੁਣਾ ਰਹੇ ਆਂ ਸੀ ਉਹਨੂੰ ਪਾਪਾ ਜੀ ਨੂੰ ਜੀ ਉਹ ਘਰ ਰੱਖਿਆ ਵੀ ਪਾੜ ਸੁਣਾਉਣਾ ਸੀ ਉਹਨਾਂ ਨੂੰ ਵੀ ਦੱਸੋ ਜਦੋਂ ਇੱਕ ਕੰਨ ਸੀ ਉਦੋਂ ਸੁਣੇ ਨਹੀਂ ਹੁਣ ਹੱਡੀਆਂ ਨੂੰ ਕਿੱਦਾਂ ਬਾਣੀ ਸੁਣਾ ਲੋਗੇ ਜੀ ਤੁਸੀਂ ਬਾਣੀ ਤੇ ਲਿਖਿਆ ਹੈ ਸਰਵਣੋ ਮੇਰੀਓ ਸੱਚ ਹੈ ਸੁਣਨੇ ਨੋ ਪਿਠਾਏ ਸਰਵਣਾ ਨੂੰ ਬਾਣੀ ਸੁਣ ਲਈ ਆ ਗਿਆ ਹੱਡੀਆਂ ਨੂੰ ਬਾਣੀ ਸੁਣ ਲਈ ਤੇ ਬਾਣੀ ਦੀ ਕੋਈ ਤੋਕੀ ਹੈ ਨਹੀਂ ਇਹ ਸਰਵਣੋ ਮੇਰੇ ਉਹ ਸੱਚ ਹੈ ਸੋਣੈ ਨੋਂ ਪਠਾਏ ਸੱਚ ਹੈ ਸੋਣੈ ਨੋਂ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜੇ ਤੂੰ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਝ ਤੋ ਇਸ ਕਰਕੇ ਇਹ ਜਮਾਂ ਦੀ ਮਾਰ ਜਿਉਂਦੇ ਜੀ ਬੰਦੇ ਨੂੰ ਪੈ ਰਹੀ ਆ ਜਿਉਂਦੇ ਜੀ ਤੇਨਾ ਜਮਾਂ ਦੀ ਮਾਰ ਤੋਂ ਮੈਂ ਜਿਉਂਦੇ ਜੀ ਬਚੜਾ ਵਾਂ ਜਿਉਂਦੇ ਜੀ ਤੇ ਇਸੇ ਕਾ ਕੇ ਆਖਿਆ ਸੀ ਉਨ ਤੇ ਰਖੈ ਬਾਪ ਨਾ ਮਾਈ ਉਨ ਤੇ ਰਖੈ ਮੀਤ ਨਾ ਭਾਈ ਦਰਬ ਸਿਆਣਪ ਨਾ ਓਏ ਰਹਤੇ ਸਾਧ ਸੰਗ ਓਏ ਦੁਸ਼ਟ ਵਸ ਹੋਤੇ ਉਹਨਾਂ ਦੁਸ਼ਟਾਂ ਨੂੰ ਤਾਂ ਇੱਕੇ ਥਾਂ ਤੇ ਵਾਸ ਕੀਤਾ ਜਾ ਸਕਦਾ ਉਹ ਆ ਗੁਰੂ ਦੀ ਸੰਗਤ ਨਹੀਂ ਤੇ ਨਾ ਮਾਂ ਨਾ ਬਾਪ ਨਾ ਪੈਣ ਨਾ ਪ੍ਰਾਣ ਨਾ ਦੋਸਤ ਨਾ ਮਿੱਤਰ ਨਾ ਪੈਸਾ ਨਾ ਜ਼ਮੀਨ ਨਾ ਜਾਇਦਾਦ ਕੋਈ ਚੀਜ਼ ਤੁਹਾਨੂੰ ਇਹਨਾਂ ਪੰਜਾਂ ਤੋਂ ਮੁਕਤ ਨਹੀਂ ਕਰਾ ਸਕਦੀ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਾਕ ਹੈ ਮਾਲੋ ਪੁੱਤ ਦੇ ਵਿੱਚ ਲਾਲਚਾ ਕੋਈ ਮਾਂ ਕਵੇ ਮੈਂ ਪੁੱਤ ਦੇ ਵਿੱਚੋਂ ਲਾਲਚ ਬਾਹਰ ਕੱਢ ਸਕਦੀ ਨਹੀਂ ਕੱਢਿਆ ਜਾ ਮਾਂ ਤੇਰੇ ਕੋਲ ਹਾਂ ਪੁੱਤ ਆਪ ਆਪਣੀ ਜ਼ਿੰਦਗੀ 'ਚੋਂ ਲਾਲਚ ਬਾਹਰ ਕੱਢ ਸਕਦਾ ਗੁਰੂ ਦੀ ਸੰਗਤ ਨਾਲ ਮਾਂ ਨਹੀਂ ਕਢਾ ਸਕਦੀ ਕਿਹਦਾ ਧੀ ਪੁੱਤ ਗਲਤ ਪੁੱਠਾ ਸੋਚਦਾ ਤੁਸੀਂ ਨਹੀਂ ਉਹਨੂੰ ਚੇਂਜ ਕਰ ਸਕਦੇ ਉਹ ਆਪਣੇ ਆਪ ਨੂੰ ਖੁਦ ਚੇਂਜ ਕਰ ਸਕਦਾ ਆਪਣੇ ਕਈ ਵਾਰੀ ਕਹਿਣਗੇ ਕਈ ਭੈਣਾਂ ਵਿਚਾਰੀਆਂ ਭੋੜੀਆਂ ਕਹਿਣਗੀਆਂ ਘਰ ਵਾਲਾ ਬੜਾ ਨਸ਼ਾ ਪੀਂਦਾ ਵਾ ਕਿਤੇ ਇਹਨੂੰ ਦੋ ਅੱਖਰ ਸਮਝਾਓ ਇਹਨੂੰ ਇਹ ਸੁਧਰ ਜਵੇ ਉਹ ਵੀ ਮਨ 'ਚ ਸੋਚਦਾ ਵੀ ਮੇਰਾ ਦਾਦਾ ਸਮਝਾਉਂਦਾ ਚੜਾਈ ਕਰ ਗਿਆ ਪਿਓ ਮੇਰਾ ਸਮਝਾਉਂਦਾ ਚੜਾਈ ਕਰ ਗਿਆ ਇਹ ਭਾਈ ਮੈਨੂੰ ਕਿਦਾਂ ਸਮਝਾਵਾਂ ਪਲਾਵੇ ਹਾਂ ਜਿੱਦਣ ਇਨਸਾਨ ਆਪਣੇ ਆਪ ਨੂੰ ਸਮਝਾਊਗਾ ਨਾ ਉਹਦਣ ਆਪਣੇ ਆਪ ਨੂੰ ਬਦਲ ਸਕਦਾ ਤੇ ਵੈਸੇ ਦੁਨੀਆ ਦਾ ਹਰ ਵੱਡੇ ਤੋਂ ਵੱਡਾ ਕੋੜ ਤੁਸੀਂ ਆਪਣੀ ਜ਼ਿੰਦਗੀ 'ਚ ਆਪ ਲਾ ਸਕਦੇ ਹੋ ਜੇ ਬੰਦਾ ਆਪ ਆਪਣੀ ਜ਼ਿੰਦਗੀ ਦੇ ਵਿੱਚ ਪਰਪੱਕ ਹੋ ਜਾਏ ਤੇ ਵੱਡੇ ਤੋਂ ਵੱਡਾ ਨਸ਼ਾ ਬਿਨਾਂ ਕਿਸੇ ਡਾਕਟਰੀ ਸਹਾਇਤਾ ਤੋਂ ਕਿਉਂਕਿ ਬੰਦੇ ਵਿੱਚ ਐਡੀ ਵੱਡੀ ਪਾਵਰ ਆ ਐਡੀ ਵੱਡੀ ਪਾਵਰ ਆ ਤੁਸੀਂ ਹਰ ਇੱਕ ਚੀਜ਼ ਤੁਸੀਂ ਆਦਤ ਪਾਓ ਵੀ ਇਤੋਂ ਬਿਨਾਂ ਵੀ ਮੈਂ ਸਾਰ ਕੇ ਵੇਖਣਾ ਐਸ ਚੀਜ਼ ਤੋਂ ਬਿਨਾਂ ਮੈਂ ਰਹਿ ਕੇ ਵੇਖਣਾ ਰਹਿ ਸਕਦੇ ਹੋ ਤੁਸੀਂ ਆਤ ਪੈ ਸਕਦੀ ਹੈ ਉਹ ਵਾਰੇ ਸ਼ਾਹ ਨੂੰ ਬਾਣੀ ਨੇ ਝੂਠੀਆਂ ਕੀਤਾ ਵਾਰੇ ਸ਼ਾਹ ਨਾਲ ਤਾਂ ਜਾਂਦੀਆਂ ਜੀ ਭਾਵੇਂ ਕੱਟੀਆਂ ਪੂਰੀਆਂ ਪੂਰੀ ਵਾਰੇ ਸ਼ਾਹ ਨੇ ਆਖਿਆ ਆ ਤਾਂ ਨਹੀਂ ਜਾਂਦੀਆਂ ਤੇ ਭਗਤਾ ਨੇ ਜਦੋਂ ਬਾਣੀ ਲਿਖੀ ਉਹਨੇ ਆਖਿਆ ਜੇ ਆਤ ਤਾਂ ਨਹੀਂ ਜਾਣੀਆਂ ਤੇ ਫਿਰ ਗੁਰੂ ਦਾ ਕੀ ਰੋਲ ਹੋਇਆ ਸਾਡੀ ਜ਼ਿੰਦਗੀ 'ਚ ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ ਗੁਰੂ ਤੇਰੇ ਗੋਣੀ ਕੀ ਹੋਏ ਜੇ ਮੇਰੀਆਂ ਮਾੜੀਆਂ ਆਤ ਤਾਂ ਨਹੀਂ ਬਦਲਦੀਆਂ ਤੇ ਫਿਰ ਗੁਰੂ ਦਾ ਰੋਲ ਕੀ ਹੋਇਆ ਮੇਰੇ ਜੀਵਨ 'ਚ ਗੁਰੂ ਆਤ ਤਾਂ ਬਦਲਦਾ ਵਾ ਚੋਰੀ ਕਰਨ ਵਾਲੇ ਹੱਥ ਸੇਵਾ ਕਰਨ ਲੱਗ ਪੈਂਦੇ ਆ ਇਹ ਅੱਖਾਂ ਜਿਹੜੀਆਂ ਬਗਾਨੀ ਧੀ ਭੈਣ ਨੂੰ ਮਾੜਾ ਵੇਖਦੀਆਂ ਉਹਨਾਂ ਵਿੱਚੋਂ ਆਪਣੀ ਧੀ ਭੈਣ ਵੇਖਣ ਲੱਗ ਪੈਂਦੀਆਂ ਨੇ ਵੀ ਇਹ ਮੇਰੀ ਧੀ ਵਰਗੀ ਆ ਮੇਰੀ ਭੈਣ ਵਰਗੀ ਆ ਜਿਹੜਾ ਕਦੀ ਮੋੜਾਂ ਤੇ ਖਲੋਂਦਾ ਸੀ ਉਹ ਕਿਸੇ ਦੀ ਰੱਖਿਆ ਕਰਨ ਲੱਗ ਪੈਂਦਾ ਪਤਾ ਨਹੀਂ ਕਿਹੜੇ ਵੇਲੇ ਬੰਦੇ ਨੇ ਕਿੱਥੇ ਬਦਲ ਜਾਣਾ ਹੈ ਗੁਰੂ ਕੋਲ ਕਲਾ ਹੈ ਗੁਰੂ ਸਮਰੱਥ ਹੈ ਤਵਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸ਼ਰਨ ਕਤ ਜਾਈਐ ਜੋ ਜੰਮੁਗ੍ਰਸ ਸ਼ੇਰ ਦੀ ਸ਼ਰਨ ਲੈਣ ਦਾ ਕੀ ਫਤਿਹ ਜਿੱਦੜ ਦਾ ਫੇ ਵੀ ਡਰ ਰਵੇ ਤਾਂ ਹੈਗੇ ਤੇ ਗਿੱਦੜ ਹੀ ਆ ਇਹ ਤੇ ਫਿਰ ਇਦਾਂ ਕਹਿੰਦੇ ਜੋਏ ਇਦੂ ਉਤਮੋਏ ਬਹੁਤ ਸੰਤਾਵਤ ਤੇ ਭਿਆਨਕ ਭਿਆ ਜਿਹੜੇ ਮੈਨੂੰ ਪਹਿਲਾਂ ਡਰਾਉਂਦੇ ਸੀ ਨਾ ਉਹ ਮੇਰੇ ਤੋਂ ਡਰ ਲੱਗਦੇ ਹੁਣ ਕਰ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸ਼ਰਨ ਆ ਉਹ ਮੈਨੂੰ ਕਹਿਣ ਲੱਗ ਪਏ ਹੁਣ ਮੈਂ ਤੇਰੀ ਸ਼ਰਨ ਚ ਆ ਗਿਆ ਵਾ ਮੈਨੂੰ ਬਚਾਲਾ ਇਹਨਾਂ ਕੋਲੋਂ ਕਿਉਂਕਿ ਤੇਰਾ ਗੁਰੂ ਵੱਡਾ ਅਸੀਂ ਤੇਰੇ ਤੋਂ ਛੋਟੇ ਉਹ ਤੇ ਫਿਰ ਇਹ ਤੇ ਪਈਦਾ ਹੁੰਦਾ ਗੁਰਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਦੈ ਮੈਦੀਨੋਂ ਸਾਰੇ ਬੋਲੋ ਜਨਮ ਜਨਮ ਕੀ ਨਿਵਰੇ ਦੂਤ ਦੁਸ਼ਟ ਬੈਰਾਈ ਕਦੋਂ ਗੁਰਪੂਰੇ ਕਾ ਜਪਿਆ ਜਾਪ ਕਾ ਕਰੇ ਕੋਈ ਬੇਚਾਰਾ ਫਰਾ ਮੇਰੇ ਕਾ ਵੱਡ ਪ੍ਰਤਾਪ ਹੁਣ ਪ੍ਰਤਾਪ ਵੱਡਾ ਉਹਦੇ ਸਾਹਮਣੇ ਕੀ ਪੇਛਲ ਜੂਗੀ ਲੋਗੇ ਦੇ ਸਾਹਮਣੇ ਇਹਨਾਂ ਦੀ ਕੀ ਪੇਸ਼ ਹੈ ਹੁਣ ਜੇ ਤਰੀ ਸਾਹ ਜੀ ਵੱਡੇ ਨਾਲ ਹੋਏ ਕਿ ਤੂੰ ਪਰਵਾਹ ਨਹੀਂ ਕਰਨੀ ਕਿਸੇ ਦੀ ਹੁਣ ਪ੍ਰੋਬਲਮ ਇਹ ਆ ਤੂੰ ਸਾਹ ਜੀ ਨਿੱਕੇ ਨਾਲ ਪਾ ਕੇ ਬੈਠਾ ਉਹ ਤੈਨੂੰ ਨੱਪ ਲੈਂਦੇ ਜਦੋਂ ਜੀ ਕਰਦਾ ਤੂੰ ਵੱਡੇ ਨਾਲ ਸਾਹ ਪਾ ਕੇ ਵੇਖ ਪ੍ਰਭ ਮੇਰੇ ਕਾ ਬੜ ਪਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਂਤੇ ਉਪਰ ਕੋ ਨਹੀਂ ਜਿਹੜਾ ਸੁਪਰੀਮ ਪਾਵਰ ਆ ਜਦੋਂ ਮੈਂ ਸਾਹ ਜੀ ਉਹਦੇ ਨਾਲ ਪਾਲੀ ਇਹਨਾਂ ਦੀ ਕਿਦਾਂ ਪੇਸ਼ ਚਲ ਜੂ ਉਹਦੇ ਸਾਹਮਣੇ ਇਹ ਜੱਮ ਮੇਰਾ ਕੀ ਵਿਗਾੜ ਲੈਣਗੇ ਐਦਾਂ ਕਿਹਾ ਫਿਰ ਭਗਤ ਰਵਦਾਸ ਜੀ ਨੇ ਫਿਰ ਇਦਾਂ ਕਹਿੰਦੇ ਭਗਤ ਨਾਮਾ ਤੂੰ ਕੌਣ ਰੇ ਮੈਂ ਜੀ ਨਾਮਾ ਕਹਿੰਦਾ ਦੱਸ ਹੋ ਜੀ ਤੈਨੂੰ ਕੀ ਕੰਮ ਕਹਿੰਦਾ ਆਹ ਲਾਤੇ ਨਿਵਾਰਨਾ ਜਮ ਕਰਨਾ ਮੈਨੂੰ ਪੁੱਛਿਆ ਤੂੰ ਕੌਣ ਹੈ ਕਹਿੰਦਾ ਮੈਂ ਨਾਮਾ ਜੀ ਕੀ ਕੰਮ ਹੈ ਕਹਿੰਦਾ ਜਿਹੜਾ ਬੈਰੀਅਰ ਲਾ ਕੇ ਬਿਠੇ ਪੰਜ ਰੋਣ ਕੋ ਚੁਕੋ ਬੈਰੀਅਰ ਆਪਣਾ ਸਾਧ ਸੰਗਤ ਜੀ ਤੁਸੀਂ ਕਿਤੇ ਸ਼ਹਿਰ ਨੂੰ ਜਾਂਦੇ ਹੋ ਤਾਂ ਰਾਜ ਨਾਕਾ ਲਾਇਆ ਹੋਵੇ ਕਿਤੇ ਤੇ ਕਿਹ ਬੰਦੇ ਦਾ ਕੋਈ ਮਾਮਾ ਤਾਇਆ ਚਾਚਾ ਐਸ ਐਚਓ ਡੀਐਸਪੀ ਲੱਗਾ ਹੋਵੇ ਫੋਨ ਲਾਉਂਦਾ ਨਾ ਕਾਨੂੰ ਉਹ ਬੋਲੋ ਗੁਰੂ ਕੇ ਪਿਆਰਿਓ ਕਰਦਾ ਨਾ ਭਾਵੇਂ ਉਹ ਕੰਮ ਇਨਾ ਜਾਇਜ਼ ਨਹੀਂ ਹੈਗਾ ਗਲਤ ਬਾਉ ਕੰਮ ਜਿਹਦੇ ਦੇ ਪੇਪਰ ਨਹੀਂ ਹੈਗੇ ਚੈੱਕ ਕਰਾਓ ਇਦਾਂ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਆਗਿਆ ਕਿਸੇ ਨੂੰ ਨਹੀਂ ਜਿਹੜਾ ਉੱਥੇ ਜਿਹੜਾ ਨੌਕਰੀ ਕਰ ਰਿਹਾ ਉੱਥੇ ਚੈੱਕ ਕਰ ਰਿਹਾ ਪੇਪਰ ਉਹ ਆਪਣੀ ਜੌਬ ਕਰ ਰਿਹਾ ਪਰ ਪਰ ਪੂਰਾ ਨਕਸ਼ਾ ਖਿੱਚਿਆ ਇਦਾਂ ਕਹਿੰਦੇ ਮੈਨੂੰ ਜਮਾ ਨੇ ਪੁੱਛਿਆ ਤੂੰ ਕੌਣ ਮੈਂ ਕਿਹਾ ਮੈਂ ਰੱਬ ਨੂੰ ਦੱਸਿਆ ਰੱਬ ਜੀ ਆੜੇ ਆ ਨਾਕਾ ਲਾ ਕੇ ਬਿਠੇ ਨੇ ਇਹਨਾਂ ਨੂੰ ਕੋ ਚੁੱਕੋ ਆਪਣਾ ਬੈਰੀਗੇਡ ਜਾਂ ਚੱਕ ਲੋ ਮੇਰੇ ਰਸਤੇ ਚ ਦੱਸੋ ਇਹਨਾਂ ਨੂੰ ਮੈਂ ਤੁਹਾਡਾ ਆਪਣਾ ਨਾਮਾ ਵਾਂ ਮੈਂ ਤੁਹਾਡਾ ਆਪਣਾ ਪੁੱਤਰ ਹਾਂ ਕੌਣ ਗੋਬਿੰਦ 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 ਸਿੰਘ ਨਾਮ ਦਿਓ ਮਨ ਆੜ ਦਮ ਕੋ ਸ਼ੀਪਰ ਹੋਇਓ ਲਖੀਣਾ ਜਦੋਂ ਤੁਹਾਡੀ ਸਾਂਝ ਵੱਡੇ ਨਾਲ ਪਵੇਗੀ ਤੁਹੇ ਵੀ ਤਾਂ ਵੱਡੇ ਹੋਗੇ ਨਾ ਸਾਧ ਸੰਗਤ ਜੀ ਮੰਨ ਲਓ ਕਿਸੇ ਬੰਦੇ ਦੀ ਕਿਸੇ ਮੰਤਰੀ ਨਾਲ ਕਿਸੇ ਲੀਡਰ ਨਾਲ ਕਿਤੇ ਭੁੱਲ ਭੁਲੇਖੇ ਫੋਟੋ ਲੈ ਜੇ ਵੱਡੀ ਕਰਾ ਕੇ ਲਾਉਂਦਾ ਨਾ ਉਹ ਆਪਣੇ ਡ੍ਰੈਗ ਰੂਮ ਚ ਲੌਬੀ ਚ ਲਾਉਂਦਾ ਵੀ ਆਏਗੇ ਨੂੰ ਪਤਾ ਲੱਗੇ ਵੀ ਫਲਾਣੇ ਬੰਦੇ ਨਾਲ ਸਾਡਾ ਉੱਠਣਾ ਬਹਿਣਾਗਾ ਜੇ ਤੇਰੇ ਘਰ ਚ ਸ਼ਬਦ ਦੀ ਫੋਟੋ ਲੱਗੀ ਹੋਊਗੀ ਗੁਰੂ ਗ੍ਰੰਥ ਸਾਹਿਬ ਤੇ ਸ਼ਬਦ ਦੀ ਫੋਟੋ ਲੱਗੀ ਹੋਊਗੀ ਤੇਰੇ ਘਰ ਚ ਆਉਣ ਵਾਲੇ ਪਤਾ ਲੱਗੂਆ ਇਹਦੀ ਪਤਾ ਕਿ ਇਹਦੇ ਨਾਲ ਸਾਂਝਾ ਇਹ ਲਾ 5 ਸਾਲਾਂ ਬਾਅਦ ਸਰਕਾਰ ਨਹੀਂ ਬਦਲਦੀ ਇਹ ਉਹ ਸਰਕਾਰ ਦੇ ਨਾਲ ਸਾਂਝਾ ਜਿਹੜੀ ਸਦਾ ਹੀ ਰਹਿੰਦੀ ਆ ਸੱਚੀ ਸਰਕਾਰ ਨਾਲ ਸਾਂਝਾ ਹੈ ਇਹਦੀ ਕੋਈ ਹੋਰ ਕੋਹ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਾਹਿਬ ਇਹ 4 ਦਿਨ ਦੇ ਆ ਇਹਦੀ ਉਹਦੇ ਨਾਲ ਸਾਂਝਾ ਜਿਹੜਾ ਸਦਾ ਹੀ ਰਹਿੰਦਾ ਆਪਣੇ ਘਰਾਂ 'ਚ ਸ਼ਬਦਾਂ ਦੀਆਂ ਤਸਵੀਰਾਂ ਲਾਓ ਸ਼ਬਦਾਂ ਦੇ ਮੋਮੈਂਟੋ ਬਣਾ ਕੇ ਰੱਖੋ ਤੁਹਾਡੇ ਘਰ ਆਏਗਾ ਕੋ ਪੜ੍ਹੇਗਾ ਉਹਨੂੰ ਬਾਣੀ ਦੀ ਸਮਝ ਆਊਗੀ ਵੀ ਯਾਰ ਮੈਂ ਕਿਸੇ ਸਿੱਖ ਦੇ ਘਰ ਗਿਆ ਸਾਂਤੇ ਘਰੇ ਬੋਤ ਪੂਜਕ ਬਣਾਤਾ ਗੁਰੂਆਂ ਦੀਆਂ ਮਨੋਕਲਪਾ ਤਸਵੀਰਾਂ ਸਾਡੇ ਘਰਾਂ 'ਚ ਪਹੁੰਚ ਗਈਆਂ ਦੇਹਤਾਰੀ ਬਾਬਿਆਂ ਦੀਆਂ ਪਹੁੰਚ ਗਈਆਂ ਕੋਈ ਬਾਬਾ ਕਿਸੇ ਕਿਸੇ ਥਾਂ ਤੇ ਚੌਂਕੜੀ ਮਾਰ ਕੇ ਬੈਠਾ ਕੋਈ ਕਿਤੇ ਚੌਂਕੜੀ ਮਾਰ ਕੇ ਬੈਠਾ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਹੈ ਕੀਰਤੀਆਂ ਦੀ ਬਾਣੀ ਆ ਭਗਤ ਧੰਨਾ ਜੀ ਹਲ ਵਾਉਂਦੇ ਆ ਰੱਬ ਦੀ ਪ੍ਰਾਪਤੀ ਕਰ ਗਏ ਭਗਤ ਰਵਦਾਸ ਜੀ ਲੋਕਾਂ ਦੀਆਂ ਜੁੱਤੀਆਂ ਟੁੱਟੀਆਂ ਗਣਦੇ ਆ ਮਰਿਆਂ ਪਸ਼ਵਾਂ ਦੀਆਂ ਖਾਲ ਉਤਾਰਦਿਆਂ ਰੱਬ ਦੀ ਪ੍ਰਾਪਤੀ ਕਰ ਗਏ ਇੱਕ ਥਾਂ ਤੇ ਦੱਸੋ ਵੀ ਕਿਤੇ ਉਹਨਾਂ ਵਖਰੀ ਭਗਤੀ ਕੀਤੀ ਹੋਵੇ ਭਗਤ ਸੈਣ ਜੀ ਸੱਦਾ ਦਿੰਦੇ ਆ ਵਿਆਹਾਂ ਸ਼ਾਦੀਆਂ ਤੇ ਭਗਤ ਕਬੀਰ ਜੀ ਆਪਣਾ ਕੱਪੜੇ ਬੁੰਨਦਿਆਂ ਰੱਬ ਦੀ ਪ੍ਰਾਪਤੀ ਕਰ ਗਏ ਤੁਸੀਂ ਸਾਰਿਆਂ ਦੀ ਬਾਣੀ ਪੜ੍ਹ ਕੇ ਤਾਂ ਵੇਖੋ ਅੱਜ ਇੱਥੇ ਜਿਹੜਾ ਕਾਮਨਾ ਕਰਦਾ ਹੋਵੇ ਕਹਣਗੇ ਬੜੀ ਤਪੱਸਿਆ ਬਾਬਾ ਜੀ ਜੀ ਬੱਲੇ 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 ਇਟਾਂ ਬਣਾਉਣ ਵਾਲੇ ਦੀ ਕੋਈ ਤਪੱਸਿਆ ਨਹੀਂ ਜਿੰਨੇ ਤੁਹਾਨੂੰ ਘਰ ਬਣਾ ਕੇ ਦੇਤਾ ਪੱਕਾ ਵੇ ਕਿਉਂ ਸਾਧ ਸੰਗਤ ਜੀ ਜੇ ਇਟਾਂ ਬਣਾਉਣ ਵਾਲੇ ਤਪੱਸਿਆ ਨਾ ਕਰਨ ਤਾਂ ਤੇ ਪੱਠੇ ਵਾਲੇ ਦੀਆਂ ਇਟਾਂ ਪੱਠੂ ਕੌਣ ਪੱਲਾ ਉੱਚੀ ਬੋਲ ਕੇ ਦੱਸਿਓ ਤੁਸੀਂ ਪੈਸੇ ਕੱਲੇ ਨਾ ਘਰ ਬਣਾ ਸਕਦੇ ਹੋ ਜੇ ਮਜ਼ਦੂਰ ਤਬਕਾ ਕਵੇ ਆਹ ਭਾ ਇਟਾਂ ਨਹੀਂ ਬਣਾਉਣੀਆਂ ਹਾਂ ਇਟਾਂ ਇਟਾਂ ਪੱਥਨ ਵਾਲੇ ਭਾਜਣਾ ਪੁੱਛ ਕੇ ਵੇਖੋ ਪੱਠੇ ਵਾਲੇ ਨੂੰ ਕੀ ਕੀ ਭਾਤ ਤੋਲਦੀ ਫਿਰ ਹੁਣ ਪਤਾ ਵੀ ਇਹ ਤੋਂ ਬਿਨਾ ਮੇਰਾ ਗੁਜ਼ਾਰਾ ਨਹੀਂ ਇਨਾਂ ਦੀ ਕੋਈ ਤਪੱਸਿਆ ਨਹੀਂ ਕਿਰਤੀ ਬੰਦੇ ਦੀ ਕੋਈ ਤਪੱਸਿਆ ਨਹੀਂ ਤੁਹਾਨੂੰ ਪਤਾ ਬਾਹਰ ਲੀਆਂ ਕੰਟਰੀਆਂ ਤਰੱਕੀ ਕਿਉਂ ਕਰਦੀਆਂ ਉਥੇ ਕਿਰਤੀ ਦੀ ਰਿਸਪੈਕਟ ਆ ਪੂਰੀ ਜਿੰਨੀ ਉਥੇ ਕੋ ਬੰਦਾ ਕਿਰਤ ਕਰਦਾ ਕੋਈ ਸੀਸੇ ਸਾਫ ਕਰਦਾ ਕੋਈ ਫੁੱਲਾਂ ਨੂੰ ਪਾਣੀ ਪਾਉਂਦਾ ਕੋਈ ਕਾਹ ਘੜਦਾ ਉਹਨੂੰ ਉਨੀ ਇੱਜ਼ਤ ਦੀ ਨਜ਼ਰ ਨਾਲ ਵੇਖਦੇ ਹੋ ਉਹ ਕਹਿੰਦੇ ਯਾਰ ਬੰਦਾ ਕਿਰਤ ਕਰਦਾ ਇੱਥੇ ਬੰਦਾ ਜੇ ਕੋਈ ਮਾੜਾ ਕੰਮ ਕਰਦਾ ਨਾ ਪਹਿਲਾਂ ਤੋਂ ਉਹਦਾ ਕੰਮ ਮਾੜਾ ਕਹਿੰਦੇ ਉਹਨੂੰ ਦੂਜਿਆਂ ਨੂੰ ਵੇਂਦੇ ਘਿਰਨਾ ਨਾਲਵਾ ਕਦੀ ਤੁਹਾਡੇ ਘਰ ਗੋਆ ਸੁੱਟਣ ਵਾਲੀ ਬੀਬੀ ਆਈ ਹੋਵੇ ਕਦੀ ਘਰ ਦੀ ਮਾਲਕਣ ਕਵੇ ਮੈਂ ਆਪਣੇ ਹੱਥੀਂ ਨੂੰ ਪਾਣ ਦਾ ਗਲਾਸ ਪਿਆਵਾ ਮੱਝਾ ਸਾਡੀਆਂ ਗੋਆ ਸਾਡੀਆਂ ਮੱਝਾਂ ਦਾ ਹੱਥ ਇਹਦੇ ਲਬੜੇ ਗੋਏ ਨਾਲ ਪਰ ਉਥੇ ਸਾਡੀ ਹੱਤਕ ਹੁੰਦੀ ਆ ਮੈਂ ਇਹਨੂੰ ਪਾਣੀ ਕਿਉਂ ਪਿਆਵਾ ਮੈਂ ਤਾਂ ਪਿੰਡ ਦੀ ਨੰਬਰਦਾਰ ਨਹੀਂ ਆ ਗੁੱਸਾ ਨਾ ਮਨਾਇਓ ਮਾਫੀ ਮੰਗ ਲਾ ਪਹਿਲਾਂ ਹੁੰਦਾ ਕਿ ਨਹੀਂ ਹੁੰਦਾ ਬਈ ਉਦਾਂ ਅਸੀਂ ਦੇਹ ਧਾਰੀ ਬਾਬਿਆਂ ਕੇ ਕਾਜੂ ਬਦਾਮ ਚੱਕੀ ਫਿਰਦੇ ਬਾਬਾ ਜੀ ਖਾਓ ਨਾ ਕਾਜੂ ਬਾਬਾ ਜੀ ਬਦਾਮ ਛਕੋ ਨਾ ਉਹ ਕਿਰਤੀ ਬੰਦਾ ਵਿਚਾਰਾ ਪਾਸੇ ਬੈਠਾ ਕਦੀ ਆਪਣੇ ਹੱਥੀਂ ਆਪ ਤੁਹਾਡੇ ਘਰ ਕੰਮ ਕਰਨ ਵਾਲਾ ਖੇਤਾਂ 'ਚ ਰੋਟੀ ਖਾ ਰਿਆ ਹੋਵੇ ਕਦੀ ਆਪਣੇ ਹੱਥੀਂ ਪਾਣ ਦਾ ਗਲਾਸ ਫੜਾਓ ਉਹਨੂੰ ਉਹਨੂੰ ਲੱਗੇ ਵੀ ਸਾਡੇ ਘਰ 'ਚ ਕੋਈ ਫਰਕ ਨਹੀਂ ਵੈਸੇ ਅਗਲੀ ਪੀੜ੍ਹੀ ਫਰਕ ਹੁਣ ਨਿਕਲਦਾ ਜਾਂਦਾ ਹੁਣ ਖੇਤਾਂ 'ਚ ਕੰਮ ਕਰਨ ਵਾਲਾ ਵੀ ਜ਼ਿੰਮੇਵਾਰ ਕਹਿੰਦਾ ਆ ਮੇਰੇ ਨਾਲ ਬਰਾਬਰ ਬਹਿ ਕੇ ਰੋਟੀ ਖਾ ਆਪਾਂ ਭਰਾ ਭਰਾ ਹਾਂ ਉਹ ਪਹਿਲਾ ਫਰਕ ਹੋਰ ਸੀ ਥੋੜਾ ਜਿਹਾ ਪਹਿਲਾਂ ਘਿਰਨਾ ਕੀਤੀ ਜਾਂਦੀ ਸੀ ਕਿ ਤੇਰੇ ਬਰਾਬਰ ਮੈਂ ਬਹਿ ਗਿਆ ਤੇ ਮੈਂ ਨੀਵਾ ਹੋ ਜਾਊਂਗਾ ਕਹਿਣਾ ਬੜਾ ਸੌਖਾ ਵੀ ਏਕ ਪਿਤਾ ਏਕ ਇਸਕੇ ਹਮ ਤੂੰ ਮੇਰਾ ਜਿੰਨਾ ਤੁਸੀਂ ਅਗਲੇ ਨੂੰ ਰਿਸਪੈਕਟ ਦਿਓਗੇ ਨਾ ਇੱਜ਼ਤ ਦਿਓਗੇ ਉਹਨਾਂ ਤੁਹਾਡਾ ਕੰਮ ਵਧੀਆ ਕਰੇਗਾ ਸਾਡਾ ਪਿੱਛੇ ਜਾਣ ਦਾ ਕਾਰਨ ਸਭ ਤੋਂ ਵੱਡਾ ਇਹੋ ਆ ਅਸੀਂ ਕਿਰਤੀ ਬੰਦੇ ਦਾ ਨਰਾਦਰ ਕਰਦੇ ਆ ਤੇ ਵੇਲੜ ਬੰਦੇ ਦੀ ਪੂਜਾ ਕਰਦੇ ਆ ਜਿੰਨਾ ਵੇਲੜ ਹੋਏਗਾ ਜਿੰਨੇ ਉਹਦੇ ਹੱਥ ਪੈਰ ਸਾਫ਼ ਹੋਣਗੇ ਆਪਾਂ ਕਹਣਾ ਬੱਲੇ ਬੱਲੇ ਬੜੀ ਤਪੱਸਿਆ ਬਾਬਾ ਜੀ ਦੀ ਕਿਹੜੀ ਤਪੱਸਿਆ ਬਾਬਾ ਜੀ ਦੀ ਵੀ ਜਦੋਂ ਪਹਿਲਾਂ ਮਾਜਨ ਵੀ ਤੁਸੀਂ ਕਿੱਲੇ ਨਾਲ ਬੰਦ ਨਾ ਸ਼ਹਿਰ ਵਾਲੀਆਂ ਮੱਝਾਂ ਜੂੜੀਆਂ ਜਾਂਦੀਆਂ ਇੱਕ ਇੱਕ ਕਿੱਲੇ ਨਾਲ ਬਣ ਕੇ ਉਹਨਾਂ ਪੱਠੇ ਪਾਈ ਜਾਂਦੇ ਆ ਉੱਥੇ ਨਵਾਈ ਜਾਂਦੇ ਆ ਜਦੋਂ ਖੋਲ ਕੇ ਤੋੜਦੇ ਆ ਨਾ 6 ਮਹੀਨਾ ਬਾਅਦ ਉਹਨਾਂ ਨੂੰ ਤੁਰਨ ਦੀ ਪ੍ਰੈਕਟਿਸ ਨਹੀਂ ਹੁੰਦੀ ਉਹ ਜਦੋਂ ਮੜ ਜਾ ਤੋੜਦੇ ਤੇ ਮੱਝ ਡਿੱਗ ਪੈਂਦੀ ਆ ਹੁਣ ਪਿੰਡਾਂ ਵਾਲੀਆਂ ਮੱਝਾਂ ਕਦੀ ਐਨੂੰ ਚੱਲ ਗਈਆਂ ਕਦੀ ਐਨੂੰ ਚੱਲ ਗਈਆਂ ਇਹ ਸੇਮ ਜਿਹੜੇ ਇੱਕ ਥਾਂ ਤੇ ਬੈਠੇ ਆ ਨਾ ਇਹ ਵੀ ਜੁੜੇ ਗਏ ਇਹਨਾਂ ਨੂੰ ਕੱਲ ਤੋੜ ਕੇ ਦੇਖੋ ਮੜ ਜਾ ਕਿਤੇ ਸਮਝ ਆ ਰਹੀ ਪਿਆਰਿਓ ਕਹਿਣਗੇ ਸਾਡਾ ਬਾਬਾ ਜੀ ਨੇ ਤਪੱਸਿਆ ਬੜੀ ਕੀਤੀ ਐ ਤੇ ਤਪੱਸਿਆ ਦੇ ਮਾਧਰੇ ਬੜੀ ਕੀਤੀ ਜਿਹੜੀ ਇੱਕ ਇੱਕਲੇ ਦੇ ਬਹਿ ਕੇ 1.5 ਸਾਲ ਪੱਠੇ ਖਾਂਦੀ ਰਹੀ ਐ ਉਹਨਾਂ ਗੰਡ ਵੀ ਨਹੀਂ ਖੋਲੀ ਇੱਕ ਇੱਕਲੇ ਨਾਲ ਬਨ ਕੇ ਪੱਠੇ ਪਾਉਂਦੇ ਰਹੇ ਗੁਰੂ ਸਾਹਿਬ ਜੀ ਨੇ ਜਿਹੜੀ ਗੁਰੂ ਸਾਹਿਬ ਜੀ ਦੀ ਜਿਹੜੀ ਫਿਲਾਸਫੀ ਸੀ ਉਤੋਂ ਕੋਹਾਂ ਦੂਰ ਐ ਅਜੋਕਾ ਡੇਰੇਦਾਰ ਕੋਹਾਂ ਦੂ ਕੋਹਾਂ ਜੋਸਰੀ ਗੱਲ ਐ ਉਹ ਕਿਰਤ ਦੀ ਐ ਤੁਸੀਂ ਕਿਰਤੀ ਨਾਲ ਪਿਆਰ ਕਰੋ ਜੋ ਗੁਰੂ ਸਾਹਿਬ ਜੀ ਨੇ ਪਿਆਰ ਰਿਸਪੈਕਟ ਦਿੱਤੀ ਸੀ ਇੱਜ਼ਤ ਬਾਹਰ ਲਿਆ ਕੰਟੀਆਂ ਤਰੱਕੀ ਕਾਰਨ ਤਰੱਕੀ ਦਾ ਕਾਰਨ ਸਭ ਤੋਂ ਵੱਡਾ ਪਤਾ ਕੀ ਆ ਉੱਥੇ ਕੋਈ ਕੰਮ ਛੋਟਾ ਵੱਡਾ ਨਹੀਂ ਉੱਥੇ ਹਰ ਬੰਦਾ ਕਹਿੰਦਾ ਮੈਂ ਕੰਮ ਕਰਕੇ ਆਇਆ ਕਿੱਥੋਂ ਆਇਆ ਕਹਿੰਦਾ ਕੰਮ ਕਰਕੇ ਆਇਆ ਆਪਣੀ ਜੌਬ ਕਰਕੇ ਆਇਆ ਜੋ ਉੱਥੇ ਉੱਥੇ ਘਾਹ ਕੱਟਣ ਨੂੰ ਆਪਣੀ ਜੌਬ ਆਂਦਾ ਬਸ ਆਇਆ ਫਰਕ ਤਾਂ ਇੱਥੋਂ ਦਾ ਬੰਦਾ 20 30 ਲੱਖ ਰੁਪਇਆ ਲਾ ਕੇ ਵੀ ਉੱਥੇ ਜਾਣਾ ਪਸੰਦ ਕਰਦਾ ਮੈਂ ਨਾ ਇੱਥੇ ਚੇਂਜ ਕਰ ਦੋ ਇੱਥੋਂ ਕਿਸੇ ਦਾ ਜਾਣ ਨੂੰ ਜੀ ਨਹੀਂ ਕਰਨਾ ਇੱਥੇ ਸੋਚ ਸਾਡੀ ਬੜੀ ਹੋਰ ਸਾਫਦੀ ਹੈ ਸੋਚ ਤੇ ਡਿਪੈਂਡ ਕਰਦਾ ਫਿਰ ਸੋਚ ਬਦਲੀਆ ਜੇ ਸੋਚ ਬਦਲੇਗੀ ਸਾਡੀ ਸਭ ਕੁਝ ਬਦਲ ਜਾਏਗਾ ਤੇ ਬਦਲ ਨਹੀਂ ਪੈਣੀ ਹੈ ਕੰਮ ਕੋਈ ਛੋਟਾ ਵੱਡਾ ਨਹੀਂ ਵੇਖੋ ਕਈ ਵਿਦੇਸ਼ਾਂ ਚ ਗਏ ਵੀਰ ਉਹਨਾਂ ਇੱਥੇ ਆਣ ਕੇ ਆਪਣੇ ਕਾਰੋਬਾਰ ਸ਼ੁਰੂ ਕਰ ਲਏ ਕਿਉਂਕਿ ਉਹ ਵੇਖ ਆਏ ਉੱਥੇ ਵੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਇਹ ਗੱਲ ਪੱਕੀ ਜੇ 12 ਆਇਆ ਨੌਜਵਾਨ ਆਪਣੇ ਬਾਪੂ ਨਾਲ ਖੇਤਾਂ 'ਚ ਪੱਠੇ ਵੜਾਉਣ ਚਲ ਜਾਂਦਾ ਵਾ ਉਹਨੂੰ ਪਤਾ ਹੁੰਦਾ ਵੀ ਬਾਹਰ ਵੀ ਤੇ ਕਰਦਾ ਇਸ ਲਈ ਆਪਣੇ ਬਾਪੂ ਨਾਲ ਚਲ ਜਉ ਹਰਜ ਵੀ ਕੀ ਆ ਅਜੇ ਇੱਥੋਂ ਵਾਲਾ ਸੋਚਦਾ 100 ਵਾਰ ਵੀ ਮੈਂ ਚਟਾ ਕਮੀਜ਼ ਪਜਾਮਾ ਪਾਇਆ ਮੈਨੂੰ ਅੱਜ ਵੀ ਯਾਦ ਹੈ ਮੈਂ ਬਗਲਾ ਸਾਹਿਬ ਜੀ ਨੂੰ ਕਥਾ ਕਰਦਾ ਸੀ 2010 ਦੀ ਗੱਲ ਹੈ ਤੇ ਸੇਰੇ ਕਥਾ ਕਰਕੇ ਮੈਂ ਸ਼ਾਮ ਤੱਕ ਘਰ ਪਹੁੰਚ ਗਿਆ ਤੇ ਉਦੋਂ ਸਾਡਾ ਜਿਹੜਾ ਪੱਠੇ ਪਾਉਣ ਵਾਲਾ ਵੀਰ ਉਦੋਂ ਆਇਆ ਨਾ ਤੇ ਮੈਂ ਪੱਠੇ ਵੜ ਰਿਹਾ ਤੇ ਮੈਨੂੰ ਇੱਕ ਪਿੰਡ ਦਾ ਬੰਦਾ ਜਾਂਦਾ ਗਿਆਨੀ ਜੀ ਸੇਰੇ ਕਥਾ ਕਰ ਰਿਹਾ ਸੀ ਹੁਣ ਪੱਠੇ ਵੜ ਰੇ ਮੈਂ ਕਿਹਾ ਆਪਣੇ ਵੜ ਰਿਆਂ ਦੁੱਧ ਵੀ ਤੇ ਆਪਾਂ ਨੂੰ ਪੀਣਾ ਹੈ ਅੱਜ ਵੀ ਜਦੋਂ ਮੈਂ ਮੇਰੇ ਕੋਲ ਟਾਈਮ ਹੁੰਦਾ ਮੈਂ ਮੱਝਾਂ ਆਪਣੀਆਂ ਰਸਤੀ ਨਮੋਣਾ ਪੱਠੇ ਵੀ ਪਾ ਲਈਦਾ ਕੰਮ ਆਪਣੇ ਕਰਨ ਵਿੱਚ ਕੋਈ ਹਰਜ ਨਹੀਂ ਤੁਹਾਨੂੰ ਜੇ ਤੁਹਾਨੂੰ ਆਪਣੇ ਘਰ ਦੀਆਂ ਮੱਜਾਂ ਦਾ ਗੋਹਾ ਵੀ ਰੂੜੀ ਤੇ ਸੁਟਣਾ ਪੈ ਜਾਣਾ ਇਸ ਮਾਨ ਨਾਲ ਸੁਟਣਾ ਚਾਹੀਦਾ ਕਿ ਮੇਰੀਆਂ ਆਪਣੀਆਂ ਮੱਜਾਂ ਪਾਈਆਂ ਤਾਂ ਦੁੱਧ ਅਸੀਂ ਆਪ ਪੀਣਾ ਹੈ ਜਦੋਂ ਤੁਸੀਂ ਕੰਮ ਦੀ ਰਿਸਪੈਕਟ ਕਰੋਗੇ ਨਾ ਯਾਦ ਰੱਖਣਾ ਜਿਹੜਾ ਬੰਦਾ ਆਪਣੀ ਕਿਰਤ ਦੀ ਰਿਸਪੈਕਟ ਕਰਦਾ ਨਾ ਕਿਰਤ ਫਿਰ ਉਹਨੂੰ ਇੱਥੋਂ ਇੱਥੇ ਚਾਕੇ ਲੈ ਜਾਂਦੀ ਉਹ ਯਾਰ ਕਿਰਤ ਇਹ ਮੇਰੀ ਰਿਸਪੈਕਟ ਕਰਦਾ ਤੁਸੀਂ ਆਪਣੀ ਦੁਕਾਨ ਤੇ ਸਿਰੇ ਉੱਠ ਕੇ ਅਰਗਬਤੀ ਕਿਉਂ ਕਰਦੇ ਹੋ ਰਿਸਪੈਕਟ ਕਰਦੇ ਹੋ ਨਾ ਆਪਣੇ ਕੰਮ ਦੀ ਵੀ ਇਹਦੇ ਕਰਕੇ ਸਾਰਾ ਟੱਬਰ ਪਲਦਾ ਹੈ ਤੁਸੀਂ ਆਪਣੇ ਕਾਰੋਬਾਰ ਦੀ ਰੋਜ਼ੀ ਨਿਖੇਦੀ ਕਰੀ ਜੇ ਤੋਹੀਂ ਤੁਹਾਡਾ ਕਾਰੋਬਾਰ ਸਫਲ ਕਿਦਾਂ ਹੋਏਗਾ ਹਰ ਕੰਮ ਕੰਮ ਹੈ ਕੰਮ ਛੋਟਾ ਵੱਡਾ ਹੋ ਸਕਦਾ ਹਰ ਕੰਮ ਜਿਹੜਾ ਵੀ ਬੰਦਾ ਕੰਮ ਕਰਦਾ ਨਾ ਜਦੋਂ ਆਪਣੇ ਕੰਮ ਪ੍ਰਤੀ ਇਮਾਨਦਾਰ ਹੋਏਗਾ ਤੂੰ ਅੱਗੇ ਵਧੇਗਾ ਤੋ ਇੱਥੇ ਸਾਨੂੰ ਸਤਗੁਰ ਨੇ ਬਹੁਤ ਪਿਆਰਾ ਹਵਾਲਾ ਦੇ ਕੇ ਸਮਝਾਇਆ ਸੱਚ ਦਾ ਸੌਦਾ ਆਪਣੇ ਸੁਰਤ ਰੂਪੀ ਭਾਂਡੇ ਵਿੱਚ ਟਿਕਾਲਾ ਤੇਰੀ ਜ਼ਿੰਦਗੀ ਸਫਲ ਹੋ ਸਕਦੀ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਤੋ ਅੱਗੇ ਕਹਿੰਦੇ ਨੇ ਏ ਕੁਟੰਬ ਤੂੰ ਜੇ ਦੇਖਦਾ ਚੱਲੈ ਨਹੀਂ ਤੇਰੇ ਨਾਲੇ ਕਿਹੜਾ ਕੁਟੰਬ ਮਾਂ ਬਾਪ ਭੈਣ ਭਰਾ ਪਤਨੀ ਬੱਚੇ ਇਹਨਾਂ ਦੀ ਗੱਲ ਹੋ ਰਹੀ ਹੈ ਨਾ ਕੋਈ ਗੱਲ ਤੇ ਮੰਨਦੀ ਹੋ ਰਹੀ ਹੈ ਤੇ ਮੰਦਾ ਕੁਟੰਬ ਹੋਰ ਵਾ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਹੀਂ ਤੇਰੇ ਨਾਲੇ ਕਿਹੜਾ ਕੁਟੰਬ ਮੰਦਾ ਇੱਥੇ ਮੰਨ ਦੀ ਗੱਲ ਹੋ ਰਹੀ ਤੇ ਮੰਦਾ ਕੁਟੰਬ ਹੋਰ ਹੈ ਤੰਦਾ ਕੁਟੰਬ ਹੋਰ ਹੈ ਤੰਦੇ ਆਪਣੇ ਮਾਤਾ ਪਿਤਾ ਹੋਰ ਨੇ ਜਿਹੜੇ ਮਨ ਦੇ ਮਾਤਾ ਪਿਤਾ ਨਾ ਮਨ ਦਾ ਕੁਟਾਂਬਾ ਸਾਡਾ ਸਾਰਿਆਂ ਦਾ ਮਿਲਦਾ ਵਾ ਰਲਦਾ ਆਪਸ ਵਿੱਚ ਬੁੱਢਾ ਵੰਸ ਕਬੀਰ ਕਾ ਕਬੀਰ ਦਾ ਵੰਸ ਡੁੱਬ ਗਿਆ ਉਪਜਿਓ ਭੂਤ ਕਮਾਲ ਹਰ ਕਾ ਸਿਮਰਨ ਛਾੜ ਕੇ ਘਰ ਲੈ ਆਇਆ ਮਾਲ ਭਗਤ ਕਬੀਰ ਜੀ ਕਹਿੰਦੇ ਨੇ ਇੱਕ ਕਮਾਲ ਦਾ ਪੁੱਤਰ ਪੈਦਾ ਹੋਇਆ ਮਨ ਰੂਪੀ ਕਮਾਲ ਦਾ ਪੁੱਤਰ ਪੈਦਾ ਹੋਇਆ ਰੱਬ ਦਾ ਸਿਮਰਨ ਛੱਡ ਕੇ ਤੇ ਘਰ ਲੈ ਆਇਆ ਮਾਲ ਕਿ ਮੰਨ ਮੈਲੇ ਸੀ ਨਾ ਸਭ ਕੁਝ ਮੈਲਾ ਇਹ ਇਹੋ ਜਿਹਾ ਕੁਚੱਜਾ ਪੁੱਤਰ ਪੈਦਾ ਹੋਇਆ ਇਹਨੇ ਮਾਲ ਗਲਤ ਗਲਤ ਇਕੱਠਾ ਕਰਨਾ ਸ਼ੁਰੂ ਕਰਤਾ ਅੱਖਾਂ ਗਲਤ ਵੇਖਣ ਲੱਗ ਪਿਆ ਕੰਨ ਗਲਤ ਸੁਣਨ ਲੱਗ ਪਿਆ ਘਰ ਲੈ ਆਇਆ ਮਾਲ 2 ਨੰਬਰ ਦੀ ਕਮਾਈ ਇਕੱਠੀ ਕਰਨੀ ਸ਼ੁਰੂ ਕਰਤੀ ਇਹਨੇ ਸਾਰਾ ਟੱਬਰ ਹੀ ਡੋਪ ਕੇ ਰੱਖ ਦਿੱਤਾ ਇਹ ਸੱਤੀ ਰੰਨੀ ਘਰੇ ਸਿਆਪਾ ਪਾ ਛੜਿਆ ਸੱਤੀ ਰੰਨੀ ਘਰੇ ਸਿਆਪਾ ਇਹਨਾਂ ਨੇ ਐ ਸਰੀਰੂਪੀ ਸਿਆਪਾ ਘਰ ਚ ਅੱਛਾ ਚੇਤਾ ਰੱਖਿਓ ਇਹ 7 ਸੱਤੀ ਰੰਨੀ ਘਰੇ ਸਿਆਪਾ 7 ਰੰਨਾ ਅੱਖਾਂ ਨਾਸਾਂ ਆ ਦੋ ਕੰਨ ਤੇ ਇੱਕ ਤੁਹਾਡੀ ਗੁਪਤੰਗ ਇਹ ਸੱਤੀ ਰੰਨੀ ਘਰੇ ਸਿਆਪਾ ਇਹਨਾਂ 7 ਰੰਨਾ ਨੇ ਤੁਹਾਡੀ ਬਾਡੀ ਚ ਸਿਆਪਾ ਪਾਇਆ ਹੋਇਆ ਜਦੋਂ ਇੱਥੇ ਸਿਆਪਾ ਪਿਆ ਹੋਏਗਾ ਨਾ ਘਰ ਭਾਵੇਂ ਤਿੰਨ ਮੰਜ਼ਲਾ ਬਣਾ ਲਓ ਤੁਹਾਡੇ ਘਰ ਚੋਂ ਸਿਆਪਾ ਮੁਕਣਾ ਕਦੀ ਨਹੀਂ ਤੇ ਘਰ ਚੋਂ ਸਿਆਪਾ ਮਕਾਉਣਾ ਚਾਹੁੰਦੇ ਹੋ ਤੇ ਐਸ ਘਰ ਚੋਂ ਸਿਆਪਾ ਮਕਾਦੋ ਪਹਿਲਾਂ ਫੇਰ ਘਰ ਸੁਖ ਵਸਿਆ ਵਾਰਸੋਖਾ ਵਾਇਆ ਵੇਖਣ ਵਾਲੇ ਨੂੰ ਲੱਗਦਾ ਨਾ ਕੋਠੀ ਤਿੰਨ ਮੰਜ਼ਲੀ ਪਈ ਆ ਇਹ ਸੱਤ ਰੰਨੀ ਸਿਆਪਾ ਪਾਇਆ ਹੋਇਆ ਇਹਦਾ ਜ਼ਿਕਰ ਦਾ ਇਹ ਰੋਜ਼ ਰਸਾ ਬਣ ਕੇ ਪ੍ਰੈਕਟਿਸ ਕਰਦਾ ਵੀ ਕਿਦੋਂ ਪੱਖੇ ਨਾ ਬਣ ਕੇ ਜੀਵਨ ਲੀਲਾ ਖਤਮ ਕਰਾਂ ਲੋਕ ਕਹਿੰਦੇ ਇਹਨਾਂ ਲਈ ਹੀ ਕੋਠੀ ਪਾਈਏ ਇਹ ਆਂਦਾ ਮੈਂ ਕੋਠੀ ਚ ਫਾ ਲੈ ਕੇ ਮਰਨਾ ਕਿਉਂਕਿ ਸੱਤ ਰੰਨੀ ਘਰੇ ਸਿਆਪਾ ਵਾ ਇਹ ਸੱਤਾਂ ਰਾਨਾ ਨੇ ਘਰੇ ਸਿਆਪਾ ਪਾਇਆ ਹੋਇਆ ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਵੀ ਇਹ ਇਹ ਸੁੱਖ ਦੁੱਖ ਇੱਥੇ ਟਿਕਿਆ ਹੋਇਆ ਤੁਹਾਡਾ ਇਸ ਕਰਕੇ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕਟਾਂਬ ਤੂੰ ਜੇ ਦੇਖਦਾ ਅੜਾ ਕਟਾਂਬ ਤੂੰ ਵੇਖਦਾ ਨਾ ਅੜਾ ਤੂੰ ਟੱਬਰ ਪਾਲ ਕੇ ਬੈਠਾ ਇਹਨੇ ਤੇਰਾ ਸਾਥ ਕੋਈ ਨਹੀਂ ਦੇਣਾ ਤੂੰ ਲਾਲਚ ਦੇ ਵਾਸ ਹੋ ਕੇ ਪੁੱਠੇ ਕੰਮ ਕਰੀ ਜਾਣਾ ਕਾਮ ਵਾਸ਼ਨਾਵਾਂ ਦੇ ਵਾਸ ਹੋ ਕੇ ਪੁੱਠੇ ਕੰਮ ਕਰੀ ਜਾਣਾ ਜ਼ਿੰਦਗੀ ਜੂਨ ਚ ਇਹਦੇ ਵਿੱਚੋਂ ਇੱਕ ਵੀ ਟੱਬਰ ਦੇ ਜੀ ਨੇ ਤੇਰੇ ਕੰਮ ਨਹੀਂ ਹੋਣਾ ਇਹ ਕਟਾਂਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇ ਰਹਿ ਚੱਲੇ ਨਹੀਂ ਸਾਧਾਰਤ ਪਤਾ ਕੀਆ ਜਦੋਂ ਜ਼ਿੰਦਗੀ ਜੂਨ ਚ ਇਹਨੇ ਤੇਰਾ ਸਾਥ ਦੇਣਾ ਹੀ ਨਹੀਂ ਤਿਸ ਨਾਲ ਕਿਉਂ ਚਿਤ ਲਾਈਏ ਫਿਰ ਇਹਦੇ ਨਾਲ ਚਿਤ ਲਾਉਣ ਦਾ ਵੀ ਕੀ ਫਾਇਦਾ ਜਦੋਂ ਤੇਰੇ ਕੰਮ ਹੀ ਨਹੀਂ ਆਉਣਾ ਇਹਨੇ ਅੱਛਾ ਜੇ ਤੁਸੀਂ ਇਹਨਾਂ ਸ਼ਬਦਾਂ ਦੇ ਅਰਥ ਲਾਹੋਗੇ ਕਿ ਇੱਥੇ ਦੁਨਿਆਵੀ ਪਰਿਵਾਰ ਦੀ ਗੱਲ ਹੋ ਰਹੀ ਆ ਤਾਂ ਫਿਰ ਜਿਹੜਾ ਬੰਦਾ ਆਪਣੇ ਦੁਨਿਆਵੀ ਪਰਿਵਾਰ 'ਚ ਧਿਆਨ ਨਹੀਂ ਲਾਉਂਦਾ ਬਾਣੀ ਤੇ ਉਹਨੂੰ ਗੈਰ ਜ਼ਿੰਮੇਵਾਰ ਕਹਿੰਦੀ ਆ ਮਲੋਣ ਕਿਸੇ ਬੰਦੇ ਨੂੰ ਇਹ ਨਾ ਪਤਾ ਹੋਵੇ ਕਿ ਮੇਰੇ ਬੱਚੇ ਕਿਹੜੇ ਸਕੂਲ 'ਚ ਪੜ੍ਹਦੇ ਆ ਮੇਰੀ ਮਾਂ ਨੂੰ ਦਵਾਈ ਦੀ ਜ਼ਰੂਰਤ ਆ ਮੇਰੇ ਪਿਤਾ ਨੂੰ ਦਵਾਈ ਦੀ ਜ਼ਰੂਰਤ ਆ ਮੇਰਾ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਕੀ ਆ ਸਗੋ ਜਿਹੜੇ ਲੋਕ ਆਪਣੇ ਪਰਿਵਾਰ 'ਚ ਚੇਤ ਨਹੀਂ ਸੀ ਲਾਉਂਦੇ ਉਹਨਾਂ ਨੂੰ ਤਾਂ ਗੁਰੂ ਪਾਰਸ਼ਾ ਖਿੱਚ-ਖਿੱਚ ਕੇ ਵਾਪਸ ਲੈ ਕੇ ਆਏ ਵੀ ਛਿੱਧ ਸਭ ਬੈਠੇ ਪਰਮਤੀ ਕੌਣ ਜਗਤ ਕੋ ਪਾਰ ਉਤਾਰਾ ਵੀ ਤੁਸੀਂ ਪਰਿਵਾਰ ਛੱਡ ਕੇ ਬੈਠੇ ਜੇ ਆਹ ਆਪਣੇ ਪਰਿਵਾਰਾਂ ਵੱਲ ਧਿਆਨ ਦਿਓ ਕਿ ਜੋਗਨਾ ਭਗਵੀ ਕਪੜੀ ਜੋਗਨਾ ਮਹਿਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈ ਸਤਿਗੁਰ ਕੇ ਉਪਦੇਸ਼ ਇੱਥੇ ਤੇ ਹਸਣਦੇ ਆ ਖਲੰਦੇ ਆ ਪੈਨਨਦੇ ਆ ਵਿੱਚੇ ਹੋਵੇ ਮੁਕਤ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਹਸਣਦੇ ਆ ਖਲੰਦੇ ਆ ਪੈਨਨਦੇ ਆ ਖਵੰਦੇ ਆ ਵਿੱਚੇ ਹੋਵੇ ਮੁਕਤ ਇਸ ਕਰਕੇ ਇੱਥੇ ਗੱਲ ਦੁਨਿਆਵੀ ਟੱਬਰਦੀ ਨਹੀਂ ਹੋ ਰਹੀ ਜਿਹੜੇ ਲੋਕ ਇਹਨਾਂ ਤੁਕਾਂ ਦੇ ਗਲਤ ਅਰਥ ਕਰ ਕਰਕੇ ਚੰਗਾ ਭੜਾ ਬੰਦਾ ਆਪਣੇ ਗ੍ਰਸਥ ਦੀਆਂ ਜ਼ਿੰਮੇਵਾਰੀਆਂ ਨਿਭਾ ਰਿਆ ਸੀ ਉਹਦੇ ਕੋਲੋਂ ਜ਼ਿੰਮੇਵਾਰੀਆਂ ਛਡਾ ਕੇ ਉਹਨੂੰ ਕਹਿੰਦੇ ਆ ਜਾ ਭਗਤਾ ਜੇ ਅਗਲਾ ਜਨਮ ਸਵਾਰਨਾ ਤੇ ਸਾਡੇ ਡੇਰੇ ਪਹੁੰਚ ਜਾ ਸਾਡੇ ਡੇਰੇਆਂ ਦੇ ਸੇਵਕ ਅਗਲਾ ਜਨਮ ਸਵਾਰਨਾ ਉਹ ਆਪਣਾ ਪਰਿਵਾਰ ਛੱਡ ਕੇ ਆਪਣੇ ਬੱਚੇ ਛੱਡ ਕੇ ਜਿਹੜਾ ਉਹਦਾ ਪਿਛਲਾ ਜਨਮ ਪਿਛਲੀ ਉਮਰ ਆਪਣੇ ਪੁੱਤ ਪੁੱਤਰੀਆਂ 'ਚ ਲੰਘਣੀ ਸੀ ਨਾ ਜਿਉ ਉਹਨੂੰ ਦਲੀਆ ਬਣਾ ਕੇ ਦਿੰਦਾ ਕੋਈ ਖਿਜੜੀ ਬਣਾ ਕੇ ਦਿੰਦਾ ਪੁੱਤ ਪੁੱਤਰੀਆਂ ਦੇ ਵਿੱਚ ਖੇਡਦਾ ਉਹ ਛੱਡ ਛੜਾ ਕੇ ਨਾ ਉਹਦੇ ਗਾੜੀ ਟੋਕਰੀ ਕਰ ਦਿੱਤੀ ਵੀ ਇੱਥੇ ਟੋਕਰੀ ਤੇ ਬਿਠੇ ਰਹੇ ਸਾਰੇ ਜਿਹੜੀ ਕਈ ਬਿਰਧ ਆਸ਼ਰਮਾਂ 'ਚ ਬੈਠਿਆ ਕਈ ਟੋਕਰੀਆਂ 'ਚ ਬੈਠੇ ਆ ਤੇ ਘਰ ਦੇ ਪਤਾ ਕੀ ਹੁੰਦੇ ਆ ਬਾਪੂ ਸਾਡਾ ਸੇਵਾ ਕਰਦਾ ਸੇਵਾ ਨਹੀਂ ਕਰਦਾ ਕੁਝ ਘਰਾਂ ਦੇ ਮਾਹੌਲ ਐਸੇ ਬਣਾ ਦਿੱਤੇ ਕਿ ਅੱਜ ਅਜੋਕਾ ਸਮਾਜ ਆਪਣੇ ਬਜ਼ੁਰਗਾਂ ਨਾਲ ਰਹਿਣ ਨੂੰ ਤਿਆਰ ਹੈ ਨਹੀਂ ਐਜੂਕੇਸ਼ਨ ਇਦਾਂ ਦੀ ਬਣਾਤੀ ਉਹ ਧਰਮ ਦੇ ਨਾਂ ਤੇ ਵਰਤੀਆ ਗਿਆ ਤਾਂ ਹੀ ਉਹ ਬਹੁਤੇ ਲੋਕ ਤੁਸੀਂ ਵੇਖ ਲਓ ਗੁਰਨਾਨ ਸਾਹਿਬ ਜੀ ਗ੍ਰਸਤ ਨੂੰ ਪ੍ਰਧਾਨਤਾ ਦਿੰਦੇ ਆ ਤੇ ਪੰਜਾਬ ਦੇ ਤੁਹਾਨੂੰ ਉਂਗਲਾਂ ਤੇ ਗਿਣਨ ਵਾਲਾ ਕੋ ਡੇਰੇ ਦਾ ਹੋਏਗਾ ਡਾ ਗ੍ਰਸਤੀ ਹੋਏਗਾ ਪਹਿਲੀ ਗੱਲ ਤੇ ਬਿਹੰਗਮ ਹੋਏਗਾ ਉਹਨਾਂ ਵਿਆਹ ਨਹੀਂ ਕਰਾਇਆ ਹੋਏਗਾ ਜੇ ਕੋ ਗ੍ਰਸਤੀ ਹੋਏਗਾ ਵੀ ਉਹਨੂੰ ਕਹਣਗੇ ਇਹਨੂੰ ਗੱਦੀ ਤਾਂ ਮਿਲਣੀ ਆ ਪਹਿਲਾਂ ਤੂੰ ਆਪਣਾ ਪਰਿਵਾਰ ਛੱਡ ਗ੍ਰਸਥ ਤਿਆਗ ਗੁਰਨਾਨ ਸਿੰਘ ਸਾਹਿਬ ਜੀ ਜਦੋਂ ਬਾਬਾ ਲਹਿਣਾ ਜੀ ਨੂੰ ਗੁਰਿਆਈ ਦਿੰਦੇ ਆ ਇਹ ਸ਼ਰਤ ਤੇ ਰੱਖੀ ਨਹੀਂ ਮਹਾਰਾਜ ਨੇ ਸਭ ਨੂੰ ਕਿਹਾ ਤੂੰ ਖਡੂਰ ਸਾਹਿਬ ਜਾ ਆਪਣੇ ਪਰਿਵਾਰ ਚ ਉੱਥੇ ਮਾਤਾ ਖੀਵੀ ਜੀ ਖੀਰ ਬਣਾਉਂਦੇ ਆਪਣੇ ਹੱਥੀਂ ਦੇਸੀ ਘੋਦੀ ਬਲਵੰਡ ਖੀਵੀ ਨੇਕ ਜਾਨ ਜਿਸ ਬਹੁਤੀ ਸ਼ਾਉਂ ਲੰਗਰ ਦਾਲਤ ਵੰਡਿਆ ਰਸਮਤ ਖੀਰ ਕੇ ਹਾਲੀ ਹੁਣ ਭਾਈ ਜੇਠਾ ਜੀ 19 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਆਨੰਦ ਕਾਰਜ ਹੁੰਦਾ ਹੁਣ ਸੋਚ ਕੇ ਵੇਖੋ ਤੇ 40 ਸਾਲ ਦੀ ਉਮਰ ਦੇ ਵਿੱਚ ਉਹ ਗੁਰਤਾ ਗੱਦੀ ਤੇ ਬਹਿੰਦੇ 74 ਚ ਗੁਰਿਆਈ ਤੇ ਬਹਿੰਦੇ 34 ਚੋਂ ਦਾ ਪ੍ਰਕਾਸ਼ ਹੁੰਦਾ ਇੱਥੇ ਤੇ ਗੁਰੂ ਸਾਹਿਬ ਜੀ ਨੇ ਤੁਹਾਨੂੰ ਤੁਸੀਂ ਰੋ ਗੁਰਬਾਣੀ ਪੜੋਗੇ ਨਾ ਇਤਿਹਾਸ ਪੜੋਗੇ ਤੁਹਾਨੂੰ ਆਪੇ ਸਮਝ ਆ ਜਾਣਾ ਹੈ ਪੂਰੀ ਤਸਵੀਰ ਸਾਹਮਣੇ ਆ ਜਾਣੀ ਆ ਕਿ ਅਜੋਕਾ ਡੇਰੇਦਾਰ ਗੁਰਬਾਣੀ ਦੀ ਵਿਚਾਰ ਤੋਂ ਕਿਹਾ ਦੂਰ ਹੈ ਕਹਿਣ ਦੀ ਲੋੜ ਹੀ ਨਹੀਂ ਪੈਣੀ ਅੱਜ ਸਮੱਸਿਆ ਇਹ ਆ ਵੀ ਅਸੀਂ ਬਾਣੀ ਨਹੀਂ ਪੜੀ ਜਦੋਂ ਸਾਨੂੰ ਕੋਈ ਰਾਗੀ ਢਾਡੀ ਪ੍ਰਚਾਰਕ ਦੱਸਣ ਦੀ ਕੋਸ਼ਿਸ਼ ਕਰਦਾ ਸਾਨੂੰ ਇੰਜ ਲੱਗਦਾ ਇਹ ਨਿੰਦਿਆ ਕਰਦੇ ਆ ਲੱਗਦਾ ਇਦਾਂ ਹੀ ਆ ਨਾ ਪਰ ਸਚਾਈ ਇਹ ਆ ਹੱਥ ਜੋੜ ਕੇ ਬੇਨਤੀ ਆ ਇੱਕ ਵਾਰੀ ਗੁਰਬਾਣੀ ਦਾ ਅਧਿਐਨ ਆਪ ਕਰੋ ਉਹ ਕਦੀ ਨਹੀਂ ਕਹਿਣਗੇ ਤੁਸੀਂ ਆਪ ਪੜੋ ਉਹ ਕਹਿਣਗੇ ਜੇ ਆਪ ਪੜਨ ਲੱਗ ਪਏ ਸਾਡੇ ਕੋਤਰੀਆਂ ਕਿਹਨੇ ਕਰਾਉਣੀਆਂ ਜੇ ਤੁਸੀਂ ਬਾਣੀ ਆਪ ਪੜਨ ਲੱਗਿਆ ਸਾਡੇ ਸੰਪੜ ਪੜ੍ਹ ਕੇ ਨੇ ਲਾਉਣੇ ਆ ਤੁਹਾਡੇ ਕੋਲੋਂ ਤੇ ਪਾਠ ਦੀ ਮਰਿਆਦਾ ਨਿਭਣੀ ਨਹੀਂ ਕਿ ਤੁਹਾਡੇ ਕੋਲੋਂ ਸ਼ੁੱਧ ਪਾਠ ਹੋਣਾ ਨਹੀਂ ਇਸ ਕਰਕੇ ਤੁਸੀਂ ਪਾਠ ਸਾਡੇ ਡੇਰੇ ਕਰਾਓ ਉਹ ਇਸੇ ਕਰਕੇ ਅੱਜ ਬਹੁਤ ਵੱਡਾ ਮਾਫੀਆ ਵਾ ਬਾਣੀ ਆ ਪੜੋ ਸਹਿਜ ਪਾਠ ਕਰੋ ਭਾਵੇਂ ਇੱਕ ਅੰਕ ਰੋਜ਼ ਪੜੋ ਮੇਰੀਓ ਭੈਣੋ ਭਾਵੇਂ ਅੱਧਾ ਪੜ ਲਓ ਅੰਕ ਇੱਕ ਸ਼ਬਦ ਰੋਜ਼ ਪੜ ਲਓ ਪਰ ਆਪ ਆਪਣੇ ਸਤਿਗੁਰੂ ਦੀ ਬਾਣੀ ਰੋਜ਼ ਪੜਨ ਦਾ ਅਭਿਆਸ ਕਰੋ ਸਹਿਜ ਪਾਠ ਰੋਜ਼ ਰੋਜ਼ਾਨਾ ਸਹਿਜ ਪਾਠ ਆਪ ਕਰਨ ਦੀ ਆਤ ਪਾਓ ਇਹ ਸਾਨੂੰ ਸਾਡੇ ਗੁਰੂ ਵੱਲੋਂ ਹੁਕਮਾ ਬਾਣੀ ਪੜੋਗੇ ਤੇ ਗੁਰੂ ਦੀ ਵਿਚਾਰ ਸਾਡੀ ਜ਼ਿੰਦਗੀ ਦਾ ਆਧਾਰ ਬਣੇਗਾ ਇਸ ਕਰਕੇ اے ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਏ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਕਿੱਥੇ ਸਾਥ ਅੱਗੇ ਇਹ ਜਦੋਂ ਸਾਥ ਸ਼ਬਦ ਆਉਂਦਾ ਨਾ ਸਾਡੇ ਦਿਮਾਗ ਚ ਆਉਂਦਾ ਵੀ ਇਹ ਨਾਲ ਨਹੀਂ ਜਾਣਾ ਤੇ ਨਾਲ ਤਾਂ ਸਰੀਰ ਵੀ ਨਹੀਂ ਜਾਣਾ ਅਲੋਤੀ ਤਾਂ ਤੇ ਖਫਣ ਪਾਉਨੇ ਹੈ ਕਿਹੜਾ ਨਾਲ ਜਾਂਦਾ ਉਪਾਵੇਂ ਮਹਿੰਗਾ ਪਾਓ ਭਾਵੇਂ ਸਸਤਾ ਪਾਓ ਸੜ ਤੇ ਜਾਣਾ ਹੀ ਆ ਬੰਦਾ ਕਿੱਡਾ ਹੁੰਦਾ ਕੁਇੰਟਲ ਦਾ ਅੱਜ ਦਾ ਮੁਠੀ ਇਹਦਾ ਬੋਰੀ ਜੀ ਚ ਪਾ ਲੈਨੇ ਆਪਾਂ ਜੀ ਉਹ ਲੱਕੜਾਂ ਦੀ ਰਾਖ ਹੀ ਹੁੰਦੀ ਜਾਦੀ ਤੇ ਜਦੋਂ ਆਪਾਂ ਅੰਗੀਠਾ ਸੰਭਾਲਦੇ ਆ ਜਿਹੜਾ ਬੰਦਾ ਗੱਡੀ ਦੀ ਸੀਟ ਤੇ ਨਹੀਂ ਆਉਂਦਾ ਜਦੋਂ ਆਪਾਂ ਲੈ ਕੇ ਜਾਂਦੇ ਆ ਉਹਨੂੰ ਉਹਦਾ ਕਿਰਿਆ ਕਰਮ ਜਦੋਂ ਅੰਗੀਠਾ ਸੰਭਾਲ ਕੇ ਲੈ ਕੇ ਜਾਂਦੇ ਕਿਤੇ ਰੋੜਨ ਵਾਸਤੇ ਉਦੋਂ ਇੰਨਾ ਬਾਹਰਿਆਂ ਕੰਟਰੀਆਂ ਤੋਂ ਤੁਹਾਨੂੰ ਪਤਾ ਉੱਥੇ ਤੇ ਸਾਰਾ ਬਿਜਲੀ ਸਿਸਟਮ ਆ ਉੱਥੇ ਐ ਪ੍ਰੈਸ ਕਰਕੇ ਥੋੜਾ ਜਿਆ ਕਰ ਦਿੰਦੇ ਆ ਇਹ ਤੇਰੇ ਸਾਥ ਤੇਰੇ ਨਾਲ ਨਹੀਂ ਜਾਣਾ ਨਾਲ ਦਾ ਅਰਥ ਵਾ ਇੱਥੇ ਜਿਉਂਦੇ ਜੀ ਤੇਰੇ ਇਹ ਕੰਮ ਨਹੀਂ ਜਾਣਾ ਜਿਵੇਂ ਆਪਾਂ ਧੀਆ ਨੂੰ ਨੇ ਕਹਿੰਦੇ ਧੀਏ ਕੁਝ ਗੁਣ ਸਿੱਖ ਲੈ ਇਹ ਤੇਰੇ ਨਾਲ ਜਾਣਾ ਵਾ ਨਾਲ ਜਾਣ ਦਾ ਅਰਥ ਸਾਰੇ ਕੰਮ ਆਉਣਾ ਵਾ ਜਿਵੇਂ ਆਪਾਂ ਆਪਣੇ ਪੁੱਤ ਨੂੰ ਕਹਿੰਦੇ ਪੁੱਤ ਪੜ੍ਹਾਈ ਪੜ੍ਹ ਲਾ ਇਹ ਤੇਰੇ ਸਾਥ ਜਾਊ ਇਹ ਤੇਰੇ ਨਾਲ ਜਾਊ ਭਾਵ ਕੇ ਪੁੱਤ ਪੜ੍ਹ ਲਾ ਦੋ ਅੱਖਰ ਅਹੀਂ ਨਹੀਂ ਪੜ ਸਕੇ ਅਹੀਂ ਤੈਨੂੰ ਇੰਨੀਆਂ ਸਹੂਲਤਾਂ ਦਿੰਨੇ ਆ ਤੂੰ ਪੜ੍ਹ ਲਿਖ ਜਾ ਦੋ ਅੱਖਰ ਤੇਰੇ ਨਾਲ ਜਾਣਗੇ ਨਾਲ ਦਾ ਪਾਵਾ ਜਿੱਥੇ ਵੀ ਜਾਏਗਾ ਪੜ੍ਹਾਈ ਤੇਰੇ ਜ਼ਿੰਦਗੀ ਚ ਕੰਮ ਆਊ ਇਦਾਂ ਗੁਰੂ ਸਾਹਿਬ ਕਹਿੰਦੇ ਆ ਕੋ ਗੁਣ ਸਿੱਖ ਲਾ ਕੋ ਵਿਚਾਰਾਂ ਸਿੱਖ ਲਾ ਇਹ ਜ਼ਿੰਦਗੀ ਜੂਣ ਦੇ ਤੇਰੇ ਕੰਮ ਆਉਣ ਗਿਆ ਗੁਰ ਮਿਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗੈ ਦੁੱਖ ਇਸ ਕਰਕੇ اے ਮਨ ਪਿਆਰਿਆ ਤੂੰ ਸਦਾ ਸਾਚ ਸੰਭਾਲੇ ਏਕ ਉਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇ ਰੈ ਚੱਲੇ ਨਹੀਂ ਤੇਸ ਨਾਲ ਕਿਉਂ ਚਿਤ ਲਾਈਐ ਅਗਲਾ ਵਚਨ ਐਸਾ ਕੰਮ ਫਿਰ ਇਹੋ ਜਿਹਾ ਕੰਮ ਭੁੱਲ ਕੇ ਮੂਲੋਂ ਦਾ ਅਰਥ ਪਤਾ ਗਿਆ ਮੁੱਢੋਂ ਹੀ ਨਾ ਕਰੀ ਭੁੱਲ ਕੇ ਵੀ ਨਾ ਕਰੀ ਐਸਾ ਕੰਮ ਮੂਲੇ ਨਾ ਕੀਚੈ ਕਿਹੜਾ ਜਿਤ ਅੰਤ ਜਿਤ ਜਿਸ ਕੰਮ ਤੋਂ ਬਾਅਦ ਤੈਨੂੰ ਪਛਤਾਉਣਾ ਪੈ ਜਾਏ ਤੇ ਇੱਕ ਚੇਤਾ ਰੱਖਿਓ ਚੰਗਾ ਕੰਮ ਕਰਕੇ ਕਦੀ ਵੀ ਇਨਸਾਨ ਨੂੰ ਪਛਤਾਉਣਾ ਨਹੀਂ ਪੈਂਦਾ ਜਿਸ ਬੱਚੇ ਨੇ ਆਪਣੀ ਮਾਂ ਨੂੰ ਪਾਣੀ ਪਿਆਇਆ ਹੋਵੇਗਾ ਸੇਵਾ ਕੀਤੀ ਹੋਵੇਗੀ ਉਹਨੂੰ ਕਦੀ ਪਛਤਾਵਾ ਨਹੀਂ ਹੋਏਗਾ ਪਛਤਾਵਾ ਉਸੇ ਬੱਚੇ ਨੂੰ ਹੋਏਗਾ ਯਾਰ ਮੈਂ ਆਪਣੇ ਮਾਂ ਬਾਪ ਦੇ ਕੰਮ ਨਾ ਸਕਿਆ ਯਾਰ ਉਹਨਾਂ ਮੈਨੂੰ ਪਾਲਿਆ ਇੰਨਾ ਮੈਂ ਆਪਣੇ ਜਵਾਕਾਂ ਦੇ ਮੋਚ ਪੈ ਕੇ ਆਪਣੀ ਮਾਂ ਵੱਲ ਵੇਖਿਆ ਹੀ ਨਾ ਯਾਰ ਉਹਨੂੰ ਪਛਤਾਵਾ ਹੋਏਗਾ ਉਹਨੂੰ ਪਛਤਾਵਾ ਹੋਏਗਾ ਪਰ ਜਿਹਨੇ ਸੇਵਾ ਕੀਤੀ ਉਹਨੂੰ ਕਦਾ ਪਛਤਾਵਾ ਉਹ ਕਹੇਗਾ ਮੈਂ ਤਾਂ ਮਾਣ ਆਪਣੇ ਮੈਂ ਮਾਂ ਬਾਪ ਦੀ ਜਿੰਨੀ ਕਰ ਸਕਦਾ ਸੀ ਕੀਤੀ ਆ ਮਾ ਆਪਣੇ ਦੋਸਤਾਂ ਦੀ ਮਿੱਤਰਾਂ ਦੀ ਕਿਸੇ ਦੀ ਹੈਲਪ ਕੀਤੀ ਜਿੰਨੀ ਕਰ ਸਕਦਾ ਸੀ ਕਰਿਆ ਐਸਾ ਕੰਮ ਮੂੜੇ ਨਾ ਕੀਚੈ ਏ ਪਿਆਰਿਆ ਮਨਾ ਉਹ ਕੰਮ ਭੁੱਲ ਕੇ ਵੀ ਨਾ ਕਰੀ ਜਿਸ ਤੇ ਤੈਨੂੰ ਪਛਤਾਉਣਾ ਪੈ ਜਾਏ ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕੰਬੜੇ ਵਿਸਾਰ ਮਤ ਸ਼ਰਮਿੰਦਾ ਥੀ ਵਈ ਸਾਈਂ ਦਾ ਦਰਬਾਰ ਅੱਛਾ ਸਾਈਂ ਰਹਿੰਦਾ ਕਿੱਥੇ ਭਲਾ ਅੰਦਰ ਤੇ ਦਰਬਾਰ ਕਿੱਥੇ ਫਿਰਦਾ ਅੰਦਰ ਹੀ ਜੇ ਲੋ ਬੰਦਾ ਗਲਤ ਕੰਮ ਕਰਦਾ ਸਭ ਤੋਂ ਪਹਿਲਾਂ ਆਪਣੇ ਅੰਦਰ ਹੀ ਸ਼ਰਮਿੰਦਾ ਹੁੰਦਾ ਉਹ ਸੀਸੇ ਸਾਹਮਣੇ ਖਲੋ ਕੇ ਜਦੋਂ ਪੱਗ ਬੰਨਦਾ ਨਾ ਨਜ਼ਰਾਂ ਨਹੀਂ ਮਿਲਦੀਆਂ ਉਹਦੇ ਕੋਲ ਆਪਣੀਆਂ ਹੀ ਅੰਦਰੋਂ ਉਹਨੂੰ ਲਾਹਨਤਾਂ ਜੀਆਂ ਪੈਂਦਾ ਵੀ ਨਹੀਂ ਆਹ ਤੇ ਗਲਤ ਹੋ ਗਿਆ ਸਕੇ ਭਰਾਣਾ ਠੱਗੀ ਮਾਰੀ ਹੋਵੇ ਤੇ ਘਰ 'ਚ ਵਿਆਹ ਤਰਿਆ ਹੋਵੇ ਐ ਜਗਮਗ 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 ਹੁੰਦੀ ਹੋਵੇ ਉਦੇ ਅੰਦਰ ਦੀਆਂ ਲਾਈਟਾਂ ਬੁਝੀਆਂ ਹੁੰਦੀਆਂ ਉਹ ਨੂੰ ਆਂਦੇ ਇਹ ਕਿਉਂ ਨਹੀਂ ਖੁਸ਼ ਉਹ ਆਂਦਾ ਤੁਹਾਨੂੰ ਕੀ ਪਤਾ ਆੜੀਆਂ ਲਾਈਟਾਂ ਜਗਣੀਆਂ ਨਾ ਮੈਂ ਕਿਸ ਦੀਆਂ ਲਾਈਟਾਂ ਬੁਝਾਈਆਂ ਤਾਂ ਜਗਣੀਆਂ ਤੁਹਾਡੇ ਘਰ ਹੁਣ ਮੇਰੇ ਅੰਦਰ ਰੌਸ਼ਨੀ ਇਸੇ ਕਰਕੇ ਨਹੀਂ ਹੈਗੀ ਮੈਨੂੰ ਨਹੀਂ ਖੁਸ਼ੀ ਹੋ ਰਹੀ ਕਿ ਮੈਂ ਫਰਾਣੇ ਨਾਲ ਧੋਖਾ ਕੀਤਾ ਫਰਾਣੇ ਦੇ ਨਾਲ ਧੱਕੇ ਦੇ ਨਾਲ ਜ਼ਮੀਨ ਲਖਵਾਈ ਹੁੰਦਾ ਸੀ ਲੋਕ ਕਰ ਜਾਂਦੇ ਬੇਈਮਾਨੀ ਅੱਜ ਵੀ ਕਿਹੜੀਆਂ ਨਹੀਂ ਹੁੰਦੀਆਂ ਕਈ ਭਰਾਣ ਪੜਹੁੰਦੇ ਉਹ ਵਿਸ਼ਵਾਸ ਕਰ ਲੈਂਦੇ ਵੀ ਕੋਈ ਗੱਲ ਨਹੀਂ ਪਹਿਲੀ ਲਿਖਾਉਣ ਡਿਆ ਇਹਨੇ ਸਹੀ ਕਰਨਾ ਉਹ ਤੇ ਬਾਅਦ ਚ ਪਤਾ ਲੱਗਾ ਭਤੀਜੇ ਭਤੀਜੀਆਂ ਨੂੰ ਕਿ ਤਾਇਆ ਸਾਡਾ ਜਾਂ ਚਾਚਾ ਸਾਡਾ ਨੇ ਧੋਖਾ ਕਰ ਗਿਆ ਸਾਡਾ ਤੇ ਪਿਓ ਇਹਨੂੰ ਰੱਬ ਸਮਝਦਾ ਸੀ ਪਰ ਇੱਕ ਗੱਲ ਦਾ ਖਿਆਲ ਰੱਖਿਓ ਇਦਾਂ ਦੀਆਂ ਠੱਗੀਆਂ ਨਾਲ ਜ਼ਿੰਦਗੀ ਚ ਕਦੀ ਵੀ ਇਨਸਾਨ ਕਾਮਯਾਬ ਨਹੀਂ ਹੋ ਸਕਦਾ ਸਗੋ ਜਿਹੜਿਆਂ ਬੱਚਿਆਂ ਨਾਲ ਠੱਗੀਆਂ ਵਜਦੀਆਂ ਨੇ ਨਾ ਉਹ ਬੱਚੇ ਜ਼ਿਆਦਾ ਕਾਮਯਾਬ ਹੋ ਜਾਂਦੇ ਆ ਕਿਉਂਕਿ ਉਹ ਪਰਖ ਦੀ ਘੜੀ ਵਿੱਚੋਂ ਲੰਘੇ ਹੁੰਦੇ ਆ ਵਕਤ ਇੱਕ ਐਸਾ ਹੁੰਦਾ ਜਿਨ੍ਹਾਂ ਨਾਲ ਠੱਗੀਆਂ ਮਾਰੀਆਂ ਹੁੰਦੀਆਂ ਉਹ ਬਹੁਤ ਅੱਗੇ ਚਲੇ ਜਾਂਦੇ ਆ ਜਿਨ੍ਹਾਂ ਨੂੰ ਠਗੀਆਂ ਮਾਰ-ਮਾਰ ਕੇ ਉਹਨੇ ਪਾਲਿਆ ਹੁੰਦਾ ਉਹ ਉਹਨੂੰ ਹੀ ਜੁੱਤੀਆਂ ਫੇਰਦੇ ਘਰ 'ਚ ਉਸੇ ਬਾਪੂ ਨੇ ਨੁਕਰੇ ਲਾਇਆ ਹੁੰਦਾ ਮੁਰ ਕਿ ਉਹਦੇ ਥੁੱਕ ਤੋਂ ਵੀ ਉਹਨੂੰ ਅਲਰਜੀ ਆਉਂਦੀ ਆ ਪ੍ਰੋਬਲਮ ਆਉਂਦੀ ਆ ਵੀ ਬਾਪੂ ਧਿਆਨ ਨਖੰਗਿਆ ਕਰ ਮਾਰਬਲ ਰਾਜਸਥਾਨ ਚੋਂ ਲੈ ਕੇ ਆਂਦਾ ਸੀ ਫਿਰ ਕਰ ਕਰ ਪਾਪ ਦਰਭ ਕੀਆ ਵਰਤਨ ਕੈ ਤਾਈ ਮਾਟੀ ਸਿਓ ਸਾਰੇ ਬੋਲੋ ਮਾਟੀ ਸਿਓ ਮਾਟੀ ਰਲੀ ਨਾਂਗਾ ਉੱਠ ਜਾਈ ਜਾਂਕੇ ਕੀ ਇਹ ਸ਼ਰਮ ਕਰੇ ਤੇ ਵੈਰ ਵਿਰੋਧੀ ਅੰਤ ਕਾਲ ਭਜ ਜਾਹੇਗੇ ਕਾਹੇ ਜੜੋ ਕਰੋਧੀ ਐਸਾ ਕੰਮ ਮੂਲੇ ਨਾ ਕੀਚੇ ਜੇਤ ਅੰਤ ਪਛੋਤਾਈਐ ਫੇਕੀ ਕਰੀਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਆਹ ਕੰਮ ਕਰ ਸਤਿਗੁਰੂ ਦਾ ਉਪਦੇਸ਼ ਸੁਣਿਆ ਕਰ ਹੋ ਵੈ ਤੇਰੇ ਨਾਲੇ ਜਿਹੜਾ ਤੇਰੇ ਨਾਲ ਰਹਿਣਾ ਹਰ ਵਕਤ ਏ ਮਨ ਮੇਰੇ ਆ ਤੂੰ ਸਦਾ ਰਹਿ ਉਹ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਓ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਂ ਗੱਲਾਂ ਸਮਰੱਤ ਸੁਆਮੀ ਸੋਕੋ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਤੂੰ ਸਦਾ ਰਹੋ ਕਿੰਨੀਆਂ ਪਿਆਰੀਆਂ ਗੱਲਾਂ ਕਹਿ ਦਤੀਆਂ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਪਿਆਰਿਆ ਮਨਾ ਇੱਕ ਦਿਨ ਨਹੀਂ ਤੇ ਸਾਡੇ ਪਤਾ ਕਰਨਗੇ ਯਾਰ ਤੂੰ ਗੁਰਦਰਖ ਲੋਗੇ ਝੂਠ ਬੋਲੀ ਜਾਣਾ ਉਹਦਾ ਮਤਲਬ ਪਤਾ ਕਿ ਜਾ ਵੀ ਥੋੜ੍ਹਾ ਰੋਡ ਤੇ ਹੋ ਜਾ ਵੀ ਬਾਹਰ ਖਲੋਗੇ ਝੂਠ ਬੋਲਾ ਅੰਦਰ ਦੇ ਨਾਲ ਬੋਲ ਉਹ ਨਹੀਂ ਝੂਠ ਕਿਤੇ ਵੀ ਨਹੀਂ ਬੋਲਣਾ ਹਮੇਸ਼ਾ ਸੱਚ ਦੀ ਸੰਭਾਲ ਕਰਨੀ ਆ ਹਮੇਸ਼ਾ ਸੱਚ ਆਪਣੀ ਜ਼ਿੰਦਗੀ ਚ ਪੱਲੇ ਬੰਨਣਾ ਸੱਚ ਨੂੰ ਹਮੇਸ਼ਾ ਹੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਜਿਹੜਾ ਹੈ ਧਾਰਨ ਕਰਨਾ ਵਾ ਕਿਉਂਕਿ ਸੱਚ ਜ਼ਿੰਦਗੀ ਦਾ ਸਰਮਾਇਆ ਹੈ ਸੱਚ ਦਾ ਕਾਲ ਪੈ ਗਿਆ ਸਾਧ ਸੰਗਤ ਜੀ ਫਿਰ ਪੱਲੇ ਕੁਝ ਨਹੀਂ ਰਹਿਣਾ ਸੱਚ ਕਾਲ ਕੂੜ ਵਰਤੇ ਆ ਕਲ ਕਾਲਖ ਬੇਤਾਲ ਬਿਓ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਸਾਲ ਸੱਚ ਦਾ ਕਾਲ ਪੈ ਜਾਏ ਫਿਰ ਤਾਂ ਬੰਦਾ ਬੇਤਾਲਾ ਵਾ ਸੱਚ ਹੀ ਤੇ ਹੈ ਜਿਹੜਾ ਇਨਸਾਨ ਨੂੰ ਦੇਵਤਾ ਬਣਾਉਂਦਾ ਹੈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਜੇ ਸੂ ਚੰਦਾ ਉਗੂ ਐ ਸੂਰਜ ਚੜੇ ਹਜ਼ਾਰ ਇੱਤੇ ਚੰਨ ਹੁੰਦਿਆਂ ਗੁਰਬੇਨ ਕੋ ਰੰਦਾ ਤੋ ਆਓ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੀਏ ਗੁਰੂ ਦੀ ਵਿਚਾਰ ਸਾਡੀ ਜ਼ਿੰਦਗੀ ਦਾ ਆਧਾਰ ਬਣੇ ਸਰਦਾਰ ਗੁਰਚਰਨ ਸਿੰਘ ਫੌਜੀ ਜਿਨ੍ਹਾਂ ਨੇ ਅੱਜ ਦਾ ਇਹ ਗੁਰਮਤ ਸਮਾਗਮ ਲਿਖਿਆ ਤੁਹਾਨੂੰ ਪਤਾ ਹੀ ਹੋਣਾ ਮੇਰਾ ਕਹਿਣ ਦੀ ਜ਼ਰੂਰਤ ਨਹੀਂ ਕਿ ਉਹਨਾਂ ਨੇ ਇਸ ਸਮਾਗਮ ਕਿਉਂ ਰੱਖਿਆ ਇਹਦੀ ਵਿਆਖਿਆ ਕਰਨ ਦੀ ਜ਼ਰੂਰਤ ਨਹੀਂ ਕਿ ਬੜੀ ਚੰਗੀ ਗੱਲ ਐ ਸਾਡੇ ਅੰਦਰ ਚੰਗੀ ਚੇਤੂਕੀ ਸਾਡਾ ਸਮਾਜ ਅੱਜ ਸਾਡੇ ਦੇ ਹਾਲਾਤ ਇਦਾਂ ਦੇ ਬਣੇ ਪੈ ਜਿਹੜੋ ਘਰ ਚ ਕੁ ਚੜਾਈ ਕਰਦਾ ਸੀ ਉਸ ਤੋਂ ਪਰਾਂ ਪਾਈ ਦਿਆਂ ਬਾਪੂ ਦੀ ਜ਼ਮੀਨ ਪਿਆਰੀ ਆ ਹੁਣ ਫਰਕ ਪੈ ਗਿਆ ਅੱਗੇ ਕੋਈ ਬੰਦਾ ਚੜਾਈ ਕਰਨਾ ਨਾ ਜਿਹੜੇ ਬੈੱਡ ਤੇ ਚੜਾਈ ਕਰਨਾ ਜਿਹੜੇ ਮੰਜੇ ਤੇ ਤੇ ਜਿਹੜੇ ਜਿਹੜੇ ਬਿਸਤਰੇ ਤੇ ਉਹਦੀ ਡੈਥ ਹੋਣੀ ਕਹਿੰਦਾ ਲਾਗੀ ਨੂੰ ਦੇ ਦਿਓ ਹੁਣ ਉਹਦਾ ਮਤਲਬ ਪਤਾ ਕੀ ਹੁੰਦਾ ਸੀ ਵੀ ਕਿਤੇ ਬਾਪੂ ਜੀ ਦੀ ਆਤਮਾ ਨੇ ਚੜ੍ਹਦੀ ਹੋਵੇ ਵੀ ਸਾਨੂੰ ਤੰਗ ਨਾ ਕਰੇ ਰਾਤ ਨੂੰ ਬਾਪੂ ਆਣ ਕੇ ਜੀ ਇਹ ਬਿਸਤਰਾ ਲਾ ਕੀ ਹੁੰਦੇ ਦਿਓ ਅੱਛਾ ਜੇ ਕਿਤੇ ਕੜਾ ਪਾਇਆ ਹੋਵੇ ਮੰਨ ਲਓ ਬਾਪੂ ਜੀ ਨੂੰ ਸੋਨੇ ਦਾ ਉਹ ਰੋਂਦੇ ਰੋਂਦੇ ਲਾਈ ਜਾਂਦੇ ਨਾਲੇ ਤਾਂ ਹਾਏ ਬਾਪੂ ਨਾਲੇ ਰੋਈ ਜਾਂਗੇ ਨਾਲੇ ਕੜਾ ਲਾਈ ਜਾਣਗੇ ਅੱਛਾ ਜੇ ਤੇ ਮੰਨ ਲਓ ਵੀ ਜਿਹੜੀ ਚੀਜ਼ ਉਤੇ ਡੈਥ ਹੋਵੇ ਤੁਹਾਡੇ ਸਾਬ ਨਾਲ ਚੀਜ਼ ਅਪਵਿੱਤਰ ਹੋ ਗਈ ਆ ਤੇ ਕਈਆਂ ਦੀ ਡੈਥ ਗੱਡੀ 'ਚ ਵੀ ਹੁੰਦੀ ਆ ਆਪਾਂ ਗੱਡੀ 'ਚ ਪਾ ਕੇ ਲੈ ਜਾਂਦੇ ਆ ਮਾੜਾ ਮਾੜਾ ਸਾਹ ਆਉਂਦਾ ਡਾਕਟਰ ਨੂੰ ਸ਼ਹਿਰ ਲੈ ਜਾਓ ਤੇ ਅਜੇ ਆ ਫਾਟਕ ਨਹੀਂ ਟੱਪਦਾ ਧੂਰੀ ਵਾਲਾ ਤੇ ਕਈ ਵਾਰੀ ਸਾ ਆਖਰੀ ਹੁੰਦਾ ਵਾ ਤੇ ਉਹ ਗੱਡੀ ਹੁੰਦੀ ਆ 20-25 ਲੱਖ ਦੀ ਹੁਣ ਗੱਡੀ ਵੀ ਦਿਓ ਲੱਗੀ ਨੂੰ ਉਹ ਫਿਰ ਕਹਣਗੇ ਨਹੀਂ ਨਹੀਂ ਗੱਡੀਆਂ ਨੂੰ ਕੀ ਹੁੰਦਾ ਵਾ ਸੀਟ ਤੇ ਕਪੜਾ ਮਾਰ ਲੈਨੇ ਆ ਇਦਾਂ ਤੇ ਅੱਜ ਜਿਹੜਿਆਂ ਹਸਪੀਟਲਾਂ 'ਚ ਰੋਜ਼ ਡੈਥ ਹੁੰਦੀ ਆ ਇਹ ਰੋਜ਼ ਬੈੱਡ ਹੀ ਦਿੰਦੇ ਫਿਰਨ ਕਿ ਦੂਜਿਆਂ ਤੇ ਜਦੋਂ ਵੀ ਹਰ ਇੱਕ ਬੈੱਡ ਦੇ ਉੱਤੇ ਤੇ ਕਿਸੇ ਨਾ ਕਿਸੇ ਚੜਾਈ ਕੀਤਾ ਹੁੰਦਾ ਜਿਹੜੇ ਬੈੱਡ ਉੱਤੇ ਸਵੇਰੇ 4 ਵਜੇ ਕਿਸ ਦੀ ਡੈਥ ਹੋਈ ਆ ਉਸੇ ਬੈੱਡ ਉੱਤੇ ਹੀ ਕਿਸੇ ਬੱਚ ਦਾ ਜਨਮ ਵੀ ਹੁੰਦਾ ਵਾ ਸਿਰਫ ਬੈੱਡ ਸੀਟ ਚੇਂਜ ਹੁੰਦੀ ਆ ਗੱਦਾ ਵੀ ਉਹ ਹੁੰਦਾ ਤੇ ਬੈੱਡ ਵੀ ਉਹ ਹੁੰਦਾ ਇਵਨ ਇਸ ਤੱਕ ਡਾਕਟਰ ਨਰਸਾਂ ਦੇ ਹੱਥ ਵੀ ਉਹੀ ਹੁੰਦੇ ਆ ਹੁਣ ਇੱਕ ਦਿਨ ਚ 10 ਵਰੀ ਇਸ਼ਨਾਨ ਥੋੜਾ ਕਰਦੇ ਆ ਸਵੇਰੇ ਆਪਣਾ ਨਹਾਤ ਹੋ ਕੇ ਘਰ ਆ ਗਿਆ ਉਹਨਾਂ ਦੇ ਹੱਥਾਂ 'ਚ ਡੈਥ ਵੀ ਹੋਈ ਆ ਉਹਨਾਂ ਦੇ ਹੱਥਾਂ 'ਚ ਬੱਚੇ ਬੱਚੀ ਦਾ ਜਨਮ ਵੀ ਹੋਇਆ ਵਾ ਇਹਨਾਂ ਗੱਲਾਂ ਨੂੰ ਸਮਝਣ ਦੀ ਜ਼ਰੂਰਤ ਹੋ ਮੈਂ ਤਾਂ ਹਰ ਇੱਕ ਨੂੰ ਬੇਨਤੀ ਕਰਦਾ ਸਾਧ ਸੰਗਤ ਜੀ ਆਪਣੇ ਜਿਉਂਦੇ ਜੀ ਨਾ ਇੱਕ ਸੂਟ ਸਵਾ ਕੇ ਰੱਖੋ ਜਿਉਂਦੇ ਜੀ ਆਪਣੇ ਬੱਚਿਆਂ ਨੂੰ ਵਸੀਅਤ ਲਿਖ ਕੇ ਦੇ ਕੇ ਜਾਓ ਪੁੱਤਰ ਜਦੋਂ ਮੈਂ ਚੜ੍ਹਾਈ ਕਰਾਂ ਐਚੋਂ ਇੱਕ ਕੱਪੜਾ ਪਾ ਦਿਓ ਮੇਰੇ ਗਾਲਾਂ ਹੁਣ ਤਾਂ ਨਵੇਂ-ਨਵੇਂ ਰਿਵਾਜ ਚੱਲੀ ਜਾਂਦੇ ਆ ਆਪਣੇ ਘਰ ਆਪਣੀ ਮਾਤਾ ਦੀ ਡੈਥ ਹੁੰਦੀ ਹੈ ਤੇ ਖਫਣ ਕਿੱਥੋਂ ਹੁੰਦਾ ਭਲਾ ਪੇਕਿਆਂ ਤੋਂ ਤੇ ਜੇ ਬਾਪੂ ਜੜਾਈ ਕਰੇ ਉਹਦਾ ਖਫਣ ਕਿੱਥੋਂ ਹੁੰਦਾ ਸਹੁਰਿਆਂ ਤੋਂ ਲੋ ਕਰ ਲੋ ਗੱਲ ਮਤਲਬ ਇਹ ਪਿਰਤਾਂ ਤੋੜਨ ਦੀ ਜ਼ਰੂਰਤ ਆ ਸਾਨੂੰ ਵੀ ਜਿਸ ਮਾਂ ਨੇ ਸਾਡੀ ਜ਼ਿੰਦਗੀ ਵਾਸਤੇ ਸਾਰਾ ਜੀਵਨ ਲਾਤਾ ਉਹਦੇ ਤਨ ਦੇ ਉੱਤੇ ਦੋਗਾਜ ਕਪੜਾ ਵੀ ਇਸ ਘਰ ਚੋਂ ਨਸੀਬੇ ਨਹੀਂ ਇਹ ਕੁਝ ਰੀਤਾਂ ਆ ਜਿਹੜੀਆਂ ਸਾਨੂੰ ਆਪਣੇ ਘਰਾਂ ਚੋਂ ਤੋੜਨ ਦੀ ਜ਼ਰੂਰਤ ਆ ਆਓ ਆਪਣੇ ਬੱਚੀਆਂ ਬੱਚਿਆਂ ਨੂੰ ਗੁਰਮਤ ਦੱਸੋ ਗੁਰਮਤ ਦੀ ਵਿਚਾਰ ਦਿਓ ਗੁਰਮਤ ਦਾ ਉਪਦੇਸ਼ ਦਿਓ ਤਾਂ ਕਿ ਅਸੀਂ ਗੁਰਮਤ ਦੇ ਪਾਂਧੀ ਬਣ ਸਕੀਏ ਗੁਰੂ ਦੀ ਵਿਚਾਰ ਦੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਥਾਂ ਰੱਖੀਏ ਵਹਿਮ ਭਰਮ ਪਖੰਡ ਕਰਮ ਕਾਂਡ ਇਹਨਾਂ ਤੋਂ ਆਪਣੇ ਆਪ ਨੂੰ ਮੁਕਤ ਕਰੀਏ ਸਾਰੇ ਪਰਿਵਾਰ ਦਾ ਧੰਨਵਾਦ ਨਗਰ ਨਿਵਾਸੀਆਂ ਦਾ ਤੇ ਤੁਸੀਂ ਵੀ ਤੁਹਾਡਾ ਧੰਨਵਾਦ ਜਿਆਦਾ ਤੁਸੀਂ ਆਏ ਕਿਉਂਕਿ ਅੱਜ ਮੈਂ ਜਦੋਂ ਤੁਰਿਆ ਸੀ ਤੇ ਮੈਂ ਰਸਤੇ 'ਤੇ ਗੱਲਾਂ ਕਰਦਾ ਆ ਰਿਹਾ ਸੀ ਆਪਣੇ ਵੀਰਾਂ ਨਾਲ ਤੇ ਉਹਨਾਂ ਨੂੰ ਜਦੋਂ ਮੈਂ ਦੱਸਿਆ ਉਹਾਂ ਦੇ ਕਈ ਵਾਰੀ ਇਹੋ ਜਿਹੇ ਪਾਠ ਦੇ ਉੱਤੇ ਸਮਾਰੋਹ ਤੇ ਛੇਤੀ ਕੀਤੇ ਡਰਦਾ ਕੋ ਆਉਂਦਾ ਨਹੀਂ ਵੀ ਅਸੀਂ ਕਵਾਂਗੇ ਕੀ ਜਾ ਕੇ ਉੱਥੇ ਵੀ ਚੰਗਾ ਹੋਇਆ ਕਿ ਮਾੜਾ ਹੋਇਆ ਇਹ ਚੇਤਨਤਾ ਇੱਕ ਇੱਕ ਵਹਿਮ ਕੱਢਣ ਦਾ ਤਰੀਕਾ ਵੀ ਇਹਨਾਂ ਗੱਲਾਂ ਤੋਂ ਡਰਨ ਦੀ ਸਾਨੂੰ ਜ਼ਰੂਰਤ ਨਹੀਂ ਆ ਅੱਗੇ ਹੁੰਦਾ ਸੀ ਨਾ ਮੜੀਆਂ ਜਾਣ ਲੱਗਿਆਂ ਲੋਕ ਡਰਦੇ ਸੀ ਹੁਣ ਹੌਲੀ ਹੌਲੀ ਵਿਕਾਸ ਹੋ ਗਿਆ ਲੋਕ ਫੁੱਲ ਲਾਉਣ ਲੱਗ ਪਏ ਉੱਥੇ ਸੋਹਣਾ ਸੋਹਣਾ ਮਾਹੌਲ ਬਣਾਉਣ ਲੱਗ ਪਏ ਵਿਦੇਸ਼ਾਂ ਜਾ ਕੇ ਵੇਖੋ ਆਪਣੇ ਮੈਰਿਜ ਪੈਲਸ ਵੀ ਉਹਨੇ ਨਹੀਂ ਸਵਾਰੇ ਹੁੰਦੇ ਜਿੰਨੇ ਉਹਨਾਂ ਨੇ ਫਿਊਨਲ ਆ ਸਵਾਰੇ ਹੁੰਦੇ ਉੱਥੇ ਵੀ ਜਾਣਾ ਤੇ ਹੈਗਾ ਹੀ ਆ ਉੱਥੇ ਲੋਕ ਕਈਆਂ ਪਿੰਡਾਂ ਨੇ ਇੰਨਾ ਸੋਹਣਾ ਬਣਾਤਾ ਮਾਹੌਲ ਉਹ ਪੁਰਾਣੇ ਬਜ਼ੁਰਗ ਧਿਆਨ ਦੇਣ ਵੀ ਅਸੀਂ ਤੇ ਭੱਲਿਆਂ ਸਮਿਆਂ 'ਚ ਮਰ ਗਏ ਵੀ ਆ ਦੇਖੂਗੇ ਨਾ ਕਿੰਨੀਆਂ ਟੈਲਾਂ ਛੇਲਾਂ ਲਾ ਛੱਡੀਆਂ ਬਈ ਤੇ ਇਸ ਕਰਕੇ ਇੰਨਾ ਗੱਲਾਂ 'ਚੋਂ ਬਾਹਰ ਨਿਕਲੋ ਇੰਨਾ ਵਹਿਮਾਂ 'ਚੋਂ ਬਾਹਰ ਨਿਕਲੋ ਕੋਈ ਫਰਕ ਨਹੀਂ ਪੈਂਦਾ ਇੱਕ ਜਦੋਂ ਬੰਦਾ ਚੜ੍ਹਾਈ ਕਰਦਾ ਉਹਦਾ ਸੰਸਕਾਰ ਕਰਦੇ ਆ ਪੂਰੇ ਅੰਗੀਠੇ ਦੀ ਸੰਭਾਲ ਕਰੋ ਵਖਰੇ ਫੁੱਲ ਚੁਣ ਕੇ ਜਾਣੇ ਸਾਰੇ ਸਾਂ ਇੱਕੋ ਹੀ ਅੱਛਾ ਬਾਅਦ ਵਿੱਚ ਸੁੱਟਣੇ ਉਹ ਵੀ ਪਾਣੀ ਚ ਆ ਮਰਿਆਦਾ ਚ ਲਿਖਿਆ ਸਾਰੇ ਅੰਗੀਠੇ ਨੂੰ ਇੱਕ ਥਾਂ ਤੇ ਇਕੱਠਾ ਕਰ ਲਓ ਜਿੱਥੇ ਤੇਜ ਪਾਣੀ ਵਹਿੰਦਾ ਉਥੇ ਜਾ ਕੇ ਜਾਲ ਪ੍ਰਵਾਹ ਕਰ ਦਿਓ ਇਹਨਾਂ ਵਹਿਮਾਂ ਚੋਂ ਬਾਹਰ ਨਿਕਲੋ ਗੁਰਮਤ ਸਾਨੂੰ ਸਿਖਾਉਂਦੀ ਆ ਗੁਰਮਤ ਸਾਨੂੰ ਵਹਿਮਾਂ ਭਰਮਾਂ ਪਖੰਡਾਂ ਚੋਂ ਬਾਹਰ ਕੱਢਦੀ ਆ ਇਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਸੇਵਾਦਾਰ ਭੈਣ ਭਰਾ ਨਗਰ ਨਿਵਾਸੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆਓ ਗੁਰੂ ਬਖਸ਼ਿਸ਼ ਕਰੇ ਸਤਿਗੁਰੂ ਅਗੇ ਅਰਦਾਸ ਕਰਦੇ ਆ ਕਿ ਮਾਰਾ ਇਹਨਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰੇ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਹਰ ਵਕਤ ਚੇਤਾ ਰੱਖਣਾ ਇੱਥੇ ਇਦਾਂ ਜਿਉਣਾ ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ ਪਰ ਜਿੰਨੇ ਆਉਣੇ ਆ ਅਸੀਂ ਚੰਗੇ ਗੁਜ਼ਾਰਨੇ ਆ ਚੰਗੇ ਕੰਮ ਕਰਨੇ ਆ ਚੰਗੀ ਸੋਚ ਦੇ ਪਾਂਧੀ ਬਣਨਾ ਵਾ ਨਸ਼ਿਆਂ ਤੋਂ ਰਹਿਤ ਹੋਣਾ ਵਾ ਚੰਗੀ ਸੋਚ ਚੰਗੇ ਵਿਚਾਰ ਜ਼ਿੰਦਗੀ ਚ ਲੈ ਕੇ ਆਓ ਖੰਡੇ ਦੀ ਪੌਲ ਲੈ ਕੇ ਗੁਰੂ ਦੇ ਪੁੱਤਰ ਧੀਆਂ ਬਣ ਕੇ ਆਪਣਾ ਜੀਵਨ ਜੀਉਣ ਦਾ ਯਤਨ ਕਰੀਏ ਸਾਰਿਆਂ ਦਾ ਧੰਨਵਾਦ ਤੁਸੀਂ ਬੜੇ ਪਿਆਰ ਨਾਲ ਸਤਗੁਰ ਦੀ ਪਾਵਨ ਬਾਣੀ ਦੀਆਂ ਵਿਚਾਰਾਂ ਸਰਵਣ ਕੀਤੀਆਂ ਨੇ ਇੱਕ ਵਾਰ ਅਖੀਰ ਤੇ ਇਹਨਾਂ ਤੁਕਾਂ ਦਾ ਪਾਠ ਕਰ ਲਈਏ ਫਿਰ ਸਮਾਪਤੀ ਹੈ ਸਾਧ ਸੰਗਤ ਜੀ ਆਓ ਰਲ ਕੇ ਪੜੋ ਫਿਰ ਸਮਾਪਤੀ ਹੈ ਜੀ ਭੂਲੇ ਮਾਰਗ ਜਿਨੇ ਬਤਾਇਆ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ ਸਿਮਰ ਮਨ ਆ ਨਾਮ ਨਾਮ ਚਿਤਾਰੇ ਸਿਮਰ ਮਨ ਆ ਨਾਮ ਨਾਮ ਚਿਤਾਰੇ ਬਸ ਰਹਿਦਾ ਗੁਰ ਚਰਨ ਪਿਆਰੇ ਬਸ ਰਹਿਦਾ ਗੁਰ ਚਰਨ ਪਿਆਰੇ ਸਿਮਰ ਮਨ ਆ ਰਾਮ ਨਾਮ ਚਿਤਾਰੇ ਸਿਮਰ ਮਨ ਆ ਰਾਮ ਨਾਮ ਚਿਤਾਰੇ ਆਓ ਸਾਧ ਸੰਗਤ ਜੀ ਬਹੁਤ ਬਹੁਤ ਧੰਨਵਾਦ ਸਮੂਹ ਸੰਗਤ ਦਾ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਨ੍ਹਾਂ ਦੀ ਕਿਰਪਾ ਸਦਕਾ ਸਤਗੁਰ ਦੀ ਗੋਦ ਵਿੱਚ ਬੈਠ ਕੇ ਆਪਾਂ ਰਲ ਮਿਲ ਕੇ ਗੁਰੂ ਦੇ ਉਪਦੇਸ਼ ਗੁਰੂ ਦੀਆਂ ਵਿਚਾਰਾਂ ਨਾਲ ਮਿਲ ਕੇ ਸਾਂਝੀਆਂ ਕੀਤੀਆਂ ਨੇ ਆਓ ਖੰਡੇ ਦੀ ਪੌ ਲੈ ਕੇ ਗੁਰੂ ਦੇ ਪੁੱਤਰ ਧੀਆਂ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਨਸ਼ੇ ਵਹਿਮ ਪਰਮਪਖੰਡ ਥਾਂ ਥਾਂ ਤੇ ਮਥੇ ਟੇਕਣ ਦੀ ਆਦਤ ਛੱਡ ਕੇ ਸਿਰ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਅੱਗੇ ਕਿਸੇ ਅੱਗੇ ਨਹੀਂ ਚਕਾਉਣਾ ਆਗਿਆ ਪਈ ਆਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਸਾਰਿਆਂ ਦਾ ਧੰਨਵਾਦ ਫਤਿਬਲਾਓ ਤੇ ਗੱਜ ਕੇ ਆਖੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ